ਸਤਨਾਮ ਸ਼੍ਰੀ ਵਾਹਿਗੁਰੂ ਜੀ ਦੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇ ਹੋ ਤੁਮ ਕਥਾ ਸੁਧਾਰੀ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਨਾ ਹਉ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌ ਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੂਧੈ ਕਉ ਜਾਵਹੁ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਕੁਦਰਤ ਦੇ ਰਚੇਤਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕੇ ਦਰਸ਼ਨ ਬਖਸ਼ੇ ਹਨ ਫਿਰ ਹਜ਼ੂਰ ਦੇ ਬਖਸ਼ੇ ਉੱਦਮ ਦੁਆਰਾ ਗ੍ਰੰਥੀ ਸਿੰਘ ਸਾਹਿਬ ਜੀ ਨੇ ਨਿਤਨੇਮ ਬਾਣੀਆਂ ਦੇ ਪਾਠ ਔਰ ਆਪ ਸੰਗਤ ਨੇ ਰਲ ਮਿਲ ਕੇ ਗੁਰਮੰਤਰ ਦੇ ਜਾਪ ਸਿਮਰਨ ਅਭਿਆਸ ਕੀਤੇ ਹਨ। ਰਾਗੀ ਜਥੇ ਨੇ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਸ਼ਬਦਾਂ ਸ਼ੰਤਾਂ ਸਮੇਤ ਗਾਇਨ ਕੀਤੇ ਹਨ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਵੱਲੋਂ ਬਖਸ਼ੇ ਹੋਏ ਪਾਵਨ ਫੁਰਮਾਨ ਮੁੱਖ ਵਾਕ ਬਚਨਾਂ ਦੀ ਵਿਆਖਿਆ ਵਿਚਾਰ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਪਾਕ ਮੁਕੱਦਸ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਆਪਣੇ ਹਿਰਦੇ ਤਲ 'ਤੇ ਵਸਾਉਣ ਦਾ ਯਤਨ ਕਰੀਏ। ਸੂਹੀ ਰਾਗ ਦੀ ਆਰੰਭਤਾ ਕਰਦਿਆਂ ਸਤਿਗੁਰੂ ਮਹਾਰਾਜ ਮੰਗਲ ਉਚਾਰਨ ਕਰਦੇ ਹਨ। ਮੰਗਲ ਚਾਰ ਤਰ੍ਹਾਂ ਦਾ ਹੁੰਦਾ ਹੈ। ਆਮ ਤੌਰ 'ਤੇ ਵਿਦਵਾਨਾਂ ਨੇ ਤਿੰਨ ਤਰ੍ਹਾਂ ਦਾ ਮੰਗਲ ਹੀ ਕਥਨ ਕੀਤਾ। ਨਮਸਕਾਰਕ ਮੰਗਲ, ਦੂਸਰਾ ਆਸ਼ੀਰਵਾਦਕ ਮੰਗਲ, ਤੀਸਰਾ ਵਸਤੂ ਨਿਰਦੇਸ਼ਕ ਮੰਗਲ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਸਿੱਧ ਕੀਤਾ ਹੈ ਕਿ ਮੰਗਲ ਚਾਰ ਪ੍ਰਕਾਰ ਦੇ ਨੇ। ਚੌਥਾ ਮੰਗਲ ਹੈ ਆਤਮ ਚਿੰਤਨ ਮੰਗਲ, ਜੋ 52 ਅੱਖਰੀ ਬਾਣੀ ਵਿੱਚ ਸਲੋਕ ਹੈ ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਦੋ ਪੰਕਤੀਆਂ ਦਾ ਸਲੋਕ ਹੈ, ਇਹਦੇ ਵਿੱਚ ਚਾਰੇ ਮੰਗਲ ਆ ਗਏ।
ਡੰਡੌਤ ਦਾ ਮਤਲਬ ਹੈ ਡੰਡੇ ਵੱਤ, ਡੰਡੇ ਵਾਂਗ ਲੰਮਾ ਪੈ ਕੇ ਵੰਦਨਾ ਨਮਸਕਾਰ ਕਰਦਾ ਹਾਂ ਅਨੇਕਾਂ ਵਾਰੀ ਆਪਣੇ ਇਸ਼ਟ ਅੱਗੇ। ਔਰ ਸਰਬ ਕਲਾ ਸਮਰੱਥ, ਜਿਸ ਇਸ਼ਟ ਅੱਗੇ ਨਮਸਕਾਰ ਕਰ ਰਹੇ ਹੋ, ਇਹ ਤਾਂ ਹੋ ਗਿਆ ਨਮਸਕਾਰਕ ਮੰਗਲ। ਫਿਰ ਵਸਤੂ ਨਿਰਦੇਸ਼ਕ ਮੰਗਲ, ਜਿਸ ਆਪਣੇ ਇਸ਼ਟ ਅੱਗੇ ਮੈਂ ਮੱਥਾ ਟੇਕ ਰਿਹਾ, ਨਮਸਕਾਰ ਕਰ ਰਿਹਾ, ਉਹ ਸਾਰੀਆਂ ਸ਼ਕਤੀਆਂ ਕਰਕੇ ਸਮਰੱਥਾਵਾਨ ਹੈ। ਪ੍ਰਭ ਸਭਨਾ ਗੱਲਾਂ ਜੋਗਾ ਜੀ, ਉਹ ਸਭ ਕੁਛ ਕਰ ਸਕਦਾ। ਇਹ ਹੈ ਵਸਤੂ ਨਿਰਦੇਸ਼ਕ ਮੰਗਲ, ਪਰਮਾਤਮਾ ਦੀ ਸ਼ਕਤੀ ਬਾਰੇ ਕਥਨਾ। ਫਿਰ ਹੈ ਆਸ਼ੀਰਵਾਦਕ ਮੰਗਲ, ਡੋਲਣ 'ਤੇ ਰੱਖੋ ਪ੍ਰਭੂ, ਅਸੀਸ ਬਖਸ਼ੋ, ਮੇਰਾ ਮਨ ਡਿੱਗੇ ਡੋਲੇ ਨਾ। ਅਤੇ ਨਾਨਕ ਦੇ ਕਰ ਹੱਥ, ਇਹ ਆਤਮ ਚਿੰਤਨ ਮੰਗਲ ਹੈ ਕਿ ਜਿਸ ਅੱਗੇ ਮੈਂ ਫਰਿਆਦ ਕਰ ਰਿਹਾ ਹਾਂ ਉਹ ਐਸਾ ਹੈ ਕਿ ਹਰ ਥਾਂ ਮੌਜੂਦ ਹੈ, ਆਪਣਾ ਕਿਰਪਾ ਰੂਪੀ ਹੱਥ ਦੇ ਕੇ ਉਹ ਰੱਖਿਆ ਕਰਨ ਵਾਲਾ ਹੈ। ਇਹ ਚਾਰ ਪ੍ਰਕਾਰ ਦਾ ਮੰਗਲ ਹੈ। ਮੰਗਲ ਦਾ ਅਰਥ ਹੈ, ਜਦੋਂ ਕੋਈ ਲਿਖਾਰੀ, ਕੋਈ ਲੇਖਕ, ਪੁਰਾਣੇ ਸਮੇਂ ਤੋਂ ਲੈ ਕੇ ਨਿਯਮ ਹੈ ਕਿ ਲਿਖਣ ਵਾਲਾ ਕੁਛ ਲਿਖਦਾ ਹੈ ਜਾਂ ਬੋਲਣ ਵਾਲਾ ਕੁਛ ਬੋਲਦਾ, ਤਾਂ ਸਭ ਤੋਂ ਪਹਿਲਾਂ ਆਪਣੇ ਇਸ਼ਟ ਨੂੰ, ਜਿਸ ਦਾ ਉਹ ਉਪਾਸ਼ਕ ਹੈ, ਉਸ ਆਪਣੇ ਉਪਾਸਾ ਨੂੰ ਉਹ ਅਰਾਧਦਾ ਹੈ, ਚੇਤੇ ਕਰਦਾ ਕਿ ਮੇਰੀ ਰੱਖਿਆ ਕਰੋ, ਉਹਨੂੰ ਨਮਸਕਾਰ ਕਰਦਾ, ਬੇਨਤੀ ਕਰਦਾ। ਇਹਨਾਂ ਗੱਲਾਂ ਦਾ ਨਾਮ ਹੈ ਮੰਗਲ, ਜਿਹੜੀ ਰੰਭਤਾ ਵਿੱਚ ਬੇਨਤੀ ਕੀਤੀ ਜਾਂਦੀ ਹੈ। ਔਰ ਸਤਿਗੁਰੂ ਜੀ ਨੇ ਜੋ ਹੋਰ ਲੋਕ ਮੰਗਲ ਕਰਦੇ ਸੀ, ਨਮੋ ਸ਼ਿਵਾ ਅਤੇ ਨਮੋ ਸ਼੍ਰੀ ਗਣੇਸ਼, ਕੋਈ ਗਣੇਸ਼ ਦਾ, ਕੋਈ ਵਿਸ਼ਨੂੰ ਦਾ, ਕੋਈ ਸ਼ਿਵ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ ਉਪਾਸ਼ਕ ਹੈ, ਕੋਈ ਸਰਸਤੀ ਦੇਵੀ ਦਾ, ਸ਼ਾਰਦਾ ਦਾ, ਪਰ ਸਤਿਗੁਰੂ ਜੀ ਨੇ ਜਿੰਨੇ ਮੰਗਲ ਬਾਣੀ 'ਚ ਉਚਾਰੇ ਹਨ, ਇਹ ਜਿਹੜਾ ਸਰੂਪ ਆਇਆ ਮੰਗਲ ਦਾ, ਇੱਕ ਓਅੰਕਾਰ ਤੋਂ ਗੁਰਪ੍ਰਸਾਦ ਤੱਕ, ਇਹ ਚੌਥੀ ਵਾਰੀ ਆਇਆ ਗੁਰੂ ਗ੍ਰੰਥ ਸਾਹਿਬ 'ਚ। ਔਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ 524 ਵਾਰੀ ਆਇਆ। ਅਤੇ ਦੋ ਕੁ ਸਰੂਪ ਹੋਰ ਵੀ ਨੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ। ਇਸ ਤਰ੍ਹਾਂ ਇਹ ਸਰੂਪ ਆਏ ਹਨ ਮੰਗਲ ਦੇ, ਪਰ ਇਹ ਮੰਗਲ ਹਨ ਇੱਕ ਅਕਾਲ ਪੁਰਖ ਦੇ, ਅਤੇ ਸਾਡਾ ਇਸ਼ਟ ਜਿਸ ਦਾ ਅਸੀਂ ਆਰਾਧਨ ਕਰਦੇ ਹਾਂ ਉਹ ਇੱਕ ਅਕਾਲ ਪੁਰਖ ਹੈ। ਇੱਕ ਇਹ ਵੀ ਅਬਾਰਤ ਲਿਖੀ ਹੋਈ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ, ਦਸ ਗੁਰਜੋਤ ਦਰਸ਼ਨ ਨਾਂ ਦਾ ਪੁਰਾਤਨ ਸਮੇਂ ਦਾ ਲਿਖਿਆ ਇੱਕ ਗ੍ਰੰਥ ਹੈ, ਉਹਦਾ ਲਿਖਾਰੀ ਹੈ ਸ਼੍ਰੀਮਾਨ ਪੰਡਿਤ ਦਿਵਾਕਰ ਸਿੰਘ। ਉਹਨਾਂ ਨੇ ਇਹ ਬਚਨ ਲਿਖਿਆ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਆਪਣੀ ਸ਼ਾਦੀ ਕਰਾਉਣ ਲਈ, ਵਿਆਹ ਕਰਾਉਣ ਲਈ ਮਾਤਾ ਸੁਲੱਖਣੀ ਜੀ ਨਾਲ ਬਟਾਲੇ ਪਹੁੰਚੇ ਹਨ ਬਰਾਤ ਲੈ ਕੇ, ਤਾਂ ਸਹੁਰੇ ਪਰਿਵਾਰ ਨੇ ਚੋਣਿਆਂ ਨੇ, ਬਟਾਲੇ ਨਗਰ 'ਚ ਦੋ ਗੋਤਾਂ ਦੇ ਲੋਕ ਵੱਸਦੇ ਸਨ, ਚੋਣੇ ਅਤੇ ਭੰਡਾਰੀ। ਔਰ ਚੋਣਿਆਂ ਨੇ ਇਹ ਗੱਲ ਕਹੀ ਭਈ ਵੇਦੀ ਦੁਆਲੇ ਲਾਵਾਂ ਹੋਣਗੀਆਂ, ਕਿਉਂਕਿ ਉਹ ਹਿੰਦੂ ਸਨ, ਯਾਨੀ ਕਿ ਵੇਦੀ ਗੱਢ ਕੇ ਅੱਗ ਦੇ ਦੁਆਲੇ ਪਰਿਕਰਮਾ ਕਰਨ ਨੂੰ ਕਿਹਾ, ਤਾਂ ਗੁਰੂ ਨਾਨਕ ਸਾਹਿਬ ਨੇ ਨਾ ਕਰਤੀ ਭਈ ਅੱਗ ਸਾਡਾ ਇਸ਼ਟ ਨਹੀਂ, ਅਸੀਂ ਇਸ ਅਗਨੀ ਤੱਤ ਦੇ ਦੁਆਲੇ ਲਾਵਾਂ ਨਹੀਂ ਲੈਣੀਆਂ, ਅੱਗ ਅੱਗੇ ਮੱਥਾ ਨਹੀਂ ਟੇਕਣਾ। ਪਰਿਕਰਮਾ ਕਰਨ ਦਾ ਮਤਲਬ ਹੈ ਬਲਿਹਾਰ ਜਾਣਾ, ਕੁਰਬਾਨ ਜਾ ਰਿਹਾ, ਅਤੇ ਅਸੀਂ ਅੱਗ ਦੀਆਂ ਪਰਿਕਰਮਾ ਨਹੀਂ ਕਰਨੀਆਂ। ਅਤੇ ਉਸ ਵੇਲੇ ਉਹਨਾਂ ਨੇ ਬੜਾ ਸਮਝਾਉਣ ਦਾ ਯਤਨ ਕੀਤਾ ਗੁਰੂ ਨਾਨਕ ਸਾਹਿਬ ਨੂੰ, ਪਰ ਹਜ਼ੂਰ ਮੰਨੇ ਨਹੀਂ, ਕਹਿੰਦੇ ਇੰਝ ਨਹੀਂ ਹੋਏਗਾ। ਫਿਰ ਉਹਨਾਂ ਨੇ ਨਾਂਹ ਕਰਤੀ, ਕਹਿਣ ਲੱਗੇ ਜੇ ਇੰਝ ਨਹੀਂ ਤਾਂ ਅਸੀਂ ਸੁਲੱਖਣੀ ਨਹੀਂ ਤੋਰਨੀ, ਕੁੜੀ ਨਹੀਂ ਤੋਰਨੀ। ਜਦੋਂ ਇੰਝ ਕਿਹਾ ਤਾਂ ਜਿਹੜੇ ਭੰਡਾਰੀ ਉੱਥੇ ਵੱਸਦੇ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਲੜਕੀ ਨਹੀਂ ਤੋਰੋਗੇ ਅਤੇ ਅਸੀਂ ਆਪਣੀ ਬਰਾਦਰੀ ਵਿੱਚੋਂ ਕਿਸੇ ਲੜਕੀ ਦਾ ਵਿਆਹ ਕਰ ਦਿਆਂ। ਜਦੋਂ ਇੰਝ ਹੋਇਆ ਫਿਰ ਉਹ ਡਰ ਗਏ ਇਸ ਗੱਲੋਂ ਕਿ ਸਾਡੀ ਲਹਾਈ ਵੀ ਬੜੀ ਹੋਵੇਗੀ। ਪੁਰਾਣੇ ਸਮੇਂ 'ਚ ਰਿਵਾਜ਼ ਸੀ ਜੇ ਵਿਆਹ ਵਿੱਚ ਰਹਿ ਜੇ ਤਾਂ ਲੜਕੀ ਨੂੰ ਦੁਬਾਰਾ ਵਿਆਹੁੰਦਾ ਕੋਈ ਨਹੀਂ ਸੀ, ਇਹ ਤਾਂ ਆਦਿ। ਫਿਰ ਉਹਨਾਂ ਇੱਕ ਜੁਗਤੀ ਵਿਚਾਰੀ ਭਈ ਜਿਹੜੀ ਗਿੱਲੀ ਕੰਧ ਹੈ ਡਿੱਗਣ ਵਾਲੀ, ਉਹਦੇ ਲਾਗੇ ਮੰਜਾ ਡਾਹੋ ਅਤੇ ਲੜਕੀਆਂ ਧੱਕਾ ਦੇ ਕੇ ਕੰਧ ਸੁੱਟ ਕੇ ਉੱਤੇ ਨਾਨਕ ਨੂੰ ਮਾਰ ਦੇਣ। ਉਹ ਕੰਧ ਸਾਹਿਬ ਯਾਦਗਾਰੀ ਗੁਰਦੁਆਰਾ ਬਣਿਆ ਹੋਇਆ। ਔਰ ਉਹ ਜਿਸ ਵੇਲੇ ਇਹ ਵਿਉਂਤ ਬਣਾਈ ਤਾਂ ਇੱਕ ਬਜ਼ੁਰਗ ਮਾਈ ਲੰਘਦਿਆਂ ਜਾਂਦਿਆਂ ਗੁਰੂ ਨਾਨਕ ਸਾਹਿਬ ਨੂੰ ਇਸ਼ਾਰੇ ਮਾਤਰ ਵਚਨ ਕਰ ਗਈ, ਬੇਟਾ ਆਪਣਾ ਮੰਜਾ ਪਰੇ ਕਿਤੇ ਡਾਹ ਲਾ, ਇਹ ਕੰਧ ਕੱਚੀ ਹੈ, ਮੀਂਹ ਪਿਆ ਹੋਇਆ, ਗਿੱਲੀ ਕੰਧ ਆ, ਡਿੱਗ ਸਕਦੀ। ਤਾਂ ਗੁਰੂ ਨਾਨਕ ਸਾਹਿਬ ਹੱਸ ਪਏ, ਕਹਿੰਦੇ ਮਾਤਾ ਜੀ ਫਿਕਰ ਨਾ ਕਰੋ, ਇਹ ਡਿੱਗਦੀ ਨਹੀਂ, ਸਾਡੇ ਵਿਆਹ ਦੀ ਨਿਸ਼ਾਨੀ ਕਾਇਮ ਰਹੇਗੀ।
ਉਹ ਗੁਰਦੁਆਰਾ ਕੰਧ ਸਾਹਿਬ ਹੈ ਅਤੇ ਉਸ ਕੰਧ ਦੀ ਦਾ ਕੁਝ ਹਿੱਸਾ ਸ਼ੀਸ਼ੇ ਵਿੱਚ ਅੱਜ ਵੀ ਮੜਿਆ ਹੋਇਆ ਬਟਾਲੇ ਵਿਖੇ ਉਸ ਸਥਾਨ 'ਤੇ ਕੰਧ ਸਾਹਿਬ ਗੁਰਦੁਆਰਾ ਸਾਹਿਬ। ਔਰ ਫਿਰ ਹਜ਼ੂਰ ਨੇ ਬਚਨ ਕੀਤੇ ਸੀ ਚੋਣੇ ਚੁਣੇ ਜਾਣਗੇ ਭੰਡਾਰੀ ਭਰੇ ਰਹਿਣਗੇ, ਵੀ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਅਸੀਂ ਆਪਣੀ ਲੜਕੀ ਤੋਰਾਂਗੇ ਉਹ ਭੰਡਾਰੀ ਭਰੇ ਰਹਿਣਗੇ, ਚੋਣੇ ਚੁਣੇ ਜਾਣਗੇ। ਚੋਣਿਆਂ ਦਾ ਉੱਥੇ ਕੋਈ ਅੰਸ ਬੰਸ ਹੈ ਨਹੀਂ ਬਟਾਲੇ, ਭੰਡਾਰੀਆਂ ਦੀ ਗੋਤ ਅੱਜ ਵੀ ਵੱਸਦੀ ਹੈ। ਇਸ ਪ੍ਰਕਾਰ ਦੇ ਬਚਨ ਹਜ਼ੂਰ ਨੇ ਕੀਤੇ। ਫਿਰ ਇਹ ਗੱਲ ਹੋਈ ਕਿ ਦੱਸੋ ਤੁਸੀਂ ਲਾਵਾਂ ਕਿਵੇਂ ਕਰੋਗੇ, ਤਾਂ ਹਜ਼ੂਰ ਨੇ ਫਿਰ ਇਹ ਮੰਤਰ ਲਿਖਿਆ, ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਲਿਖ ਕੇ ਇੱਕ ਸੁੰਦਰ ਚੌਂਕੀ ਉੱਪਰ ਰੁਮਾਲ ਵਿਛਾ ਕੇ ਉਸ ਦੇ ਉੱਪਰ ਇਹ ਮੰਤਰ ਰੱਖਿਆ ਅਤੇ ਇਸ ਦੇ ਦੁਆਲੇ ਲਾਵਾਂ ਲਈਆਂ, ਪਰਿਕਰਮਾ ਕੀਤੀਆਂ ਹਨ। ਇਹ 10 ਗੁਰਜੋਤ ਦਰਸ਼ਨ ਹੈ, ਪੰਡਿਤ ਦਿਵਾਕਰ ਸਿੰਘ ਜੀ ਦਾ ਪੁਰਾਣੇ ਸਮੇਂ ਦਾ ਲਿਖਿਆ ਗ੍ਰੰਥ, ਉਹਦੇ ਵਿੱਚ ਇਹ ਸਾਰੀ ਇਬਾਰਤ ਲਿਖੀ ਹੋਈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਸਿੱਧ ਕੀਤਾ ਕਿ ਸਾਡਾ ਇਸ਼ਟ ਇੱਕ ਅਕਾਲ ਪੁਰਖ ਹੈ, ਅਸੀਂ ਉਸ ਦੇ ਉਪਾਸ਼ਕ ਹਾਂ। ਬਾਕੀ ਜਿੰਨੇ ਉਸ ਦੇ ਪੈਦਾ ਕੀਤੇ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਨੀ, ਵਿਰੋਧ ਨਹੀਂ ਕਰਨਾ, ਬੁਰਾ ਨਹੀਂ ਕਹਿਣਾ। ਜਿੰਨੀ ਜਿੰਨੀ ਤਾਕਤ ਪਾਵਰ ਸ਼ਕਤੀ ਸਮਰੱਥਾ ਭਗਤੀ ਭਾਵਨਾ ਕਿਸੇ ਨੂੰ ਰੱਬ ਨੇ ਬਖਸ਼ਿਆ, ਜੋ ਜੋ ਕਿਸੇ ਕੋਲ ਗੁਣ ਹੈਨ ਰੱਬ ਦੇ ਦਿੱਤੇ ਹੋਏ, ਉਹਨਾਂ ਗੁਣਾਂ ਦਾ ਵੀ ਸਤਿਕਾਰ ਕਰਨਾ ਬਣਦਾ, ਨਿੰਦਿਆ ਨਹੀਂ। ਫਿਰ ਦੂਸਰੀ ਗੱਲ ਕਿ ਹਰ ਇੱਕ ਨੂੰ ਆਪਣਾ ਧਰਮ ਪਿਆਰਾ, ਆਪਣਾ ਇਸ਼ਟ ਪਿਆਰਾ। ਕੋਈ ਕਿਸੇ ਦੀ ਉਪਾਸ਼ਨਾ ਕਰੇ, ਕੋਈ ਕਿਸੇ ਦੀ ਉਪਾਸ਼ਨਾ ਕਰੇ, ਸਾਨੂੰ ਨਿੰਦਿਆ ਵਿਰੋਧ ਨਹੀਂ ਕਰਨਾ ਚਾਹੀਦਾ, ਔਰ ਆਪਣੇ ਅਕੀਦੇ ਵਿੱਚ ਪੱਕੇ ਰਹਿਣਾ ਚਾਹੀਦਾ। ਜੋ ਸਾਡੇ ਸਤਿਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਕਿ ਇੱਕ ਨਿਰੰਕਾਰ ਦੇ ਉਪਾਸ਼ਕ ਬਣ ਕੇ ਰਹਿਣਾ, ਹੋਰ ਉਹਦੀਆਂ ਪੈਦਾ ਕੀਤੀਆਂ ਸ਼ਕਤੀਆਂ, ਉਹਦੇ ਪੈਦਾ ਕੀਤੇ ਜਿੰਨੇ ਜੀਵ ਹਨ, ਆਪਣੇ ਤੋਂ ਚੰਗੇ ਸਮਝਣੇ। ਆਪਸ ਅਤੇ ਉੱਪਰ ਸਭ ਜਾਣੋ ਤਉ ਦਰਗਹਿ ਸੁਖ ਪਾਓ, ਸਭ ਨੂੰ ਆਪਣੇ ਤੋਂ ਵੱਡਾ ਸਮਝੋ, ਨਿੰਦਿਆ ਨਾ ਕਰੋ, ਆਪਣੇ ਆਪ ਦੀ ਨਿੰਦਿਆ ਕਰੋ, ਆਪਣੇ ਆਪ ਨੂੰ ਬੁਰਾ ਕਹੋ ਕਿ ਮੈਂ ਹੀ ਸਭ ਤੋਂ ਘੱਟ ਹਾਂ। ਇਸ ਪ੍ਰਕਾਰ ਦਾ ਸਿਧਾਂਤ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ। ਆਰੰਭ ਵਿੱਚ ਜਦੋਂ ਰਾਗ ਆਰੰਭ ਕਰਦੇ ਹਨ, ਥਾਵਾਂ ਥਾਵਾਂ 'ਤੇ ਇਹ ਮੰਤਰ ਆਇਆ ਚੌਥੀ ਵਾਰੀ। ਹਜ਼ੂਰ ਕਹਿ ਰਹੇ ਨੇ ਇੱਕ ਓਅੰਕਾਰ, ਇੱਕ ਅਦਵੈਤ ਸਰੂਪ ਪਰਮਾਤਮਾ ਓਅੰਕਾਰ ਸਭਨਾਂ ਦਾ ਪ੍ਰਕਾਸ਼ਕ, ਸਾਰਿਆਂ ਦਾ ਰਚੇਤਾ। ਫਿਰ ਵੇਖੋ ਇਸ ਇੱਕ ਓਅੰਕਾਰ ਦੇ ਵਿੱਚ ਤਿੰਨ ਤਰ੍ਹਾਂ ਦੀ ਵਿੱਦਿਆ ਹੈ, ਤਿੰਨ ਤਰ੍ਹਾਂ ਦੀ ਵਿੱਦਿਆ ਸੰਸਾਰ ਵਿੱਚ ਜੋ ਮੁੱਢਲੇ ਤੌਰ 'ਤੇ ਤਿੰਨ ਤਰ੍ਹਾਂ ਦੀ ਹੀ ਵਿੱਦਿਆ ਪ੍ਰਚਲਿਤ ਅੱਜ ਤੱਕ। ਇੱਕ ਹੈ ਅੰਕ ਵਿੱਦਿਆ, ਗਣਿਤ ਵਿੱਦਿਆ, ਹਿੰਦਸੇ 1 2 3 4 5 ਲਿਖਿਆ ਜਾਂਦਾ 1 2 3। ਇਹ ਅੰਕ ਵਿੱਦਿਆ ਇਹਦੇ ਵਿੱਚੋਂ ਏਕਾ ਲੈ ਲਿਆ ਹਜ਼ੂਰ ਨੇ, ਅਤੇ ਊੜਾ ਲਾਇਆ ਅੱਖਰੀ ਵਿੱਦਿਆ ਵਿੱਚੋਂ ਅੱਖਰਾਂ ਦੁਆਰਾ। ਅਤੇ ਇੱਕ ਹੈ ਸਾਈਨ ਵਿੱਦਿਆ, ਇਸ਼ਾਰੇ ਦੀ ਵਿੱਦਿਆ। ਹੁਣ ਵੀ ਬੋਰਡ ਲੱਗਾ ਬਾਹਰ, ਉੱਥੇ ਲਿਖਿਆ ਗੁਰਦੁਆਰਾ ਸਾਹਿਬ, ਕਿਸੇ ਸਟਰੀਟ 'ਤੇ ਬੋਰਡ ਲੱਗਾ ਹੋਇਆ ਗੁਰਦੁਆਰਾ ਸਾਹਿਬ, ਅਤੇ ਉੱਥੇ ਖਲੋ ਕੇ ਪੜ੍ਹਾਂਗੇ ਪਤਾ ਨਹੀਂ ਲੱਗੇਗਾ ਗੁਰਦੁਆਰਾ ਸਾਹਿਬ ਕਿਸ ਪਾਸੇ। ਉੱਥੇ ਤੀਰ ਵਾਹਿਆ ਹੋਵੇ ਅਤੇ ਇਸ਼ਾਰਾ ਕਰਦਾ ਤੀਰ ਕਿ ਗੁਰਦੁਆਰਾ ਸਾਹਿਬ ਇਸ ਪਾਸੇ ਨੂੰ ਹੈ, ਉਸ ਤੀਰ ਨੇ ਸਾਡੀ ਮਦਦ ਕੀਤੀ, ਇਹ ਵੀ ਇੱਕ ਵਿੱਦਿਆ ਹੈ। ਇਸ ਤਰ੍ਹਾਂ ਸਾਈਨ ਬੋਰਡ, ਸਟੋਪ ਸਾਈਨ, ਸਟੋਪ ਦਾ ਸਾਈਨ ਸਾਨੂੰ ਦੱਸਿਆ ਗਿਆ ਵੀ ਆਹ ਸਾਈਨ ਹੋਵੇ ਅਤੇ ਮਤਲਬ ਰੁਕਣਾ। ਇਸ ਪ੍ਰਕਾਰ ਇਹ ਸਾਈਨ ਵਿੱਦਿਆ। ਅਤੇ ਪੁਰਾਣੇ ਸਮਿਆਂ 'ਚ ਜਦੋਂ ਬਹਿਸ ਹੁੰਦੀ ਸੀ, ਕਈ ਵਾਰੀ ਇਹ ਸ਼ਰਤ ਹੁੰਦੀ ਸੀ ਕਿ ਸਿਰਫ ਇਸ਼ਾਰਿਆਂ ਨਾਲ ਹੀ ਗੱਲਬਾਤ ਕਰਨੀ ਆ, ਪ੍ਰਸ਼ਨ ਕਰਨਾ ਅਤੇ ਪ੍ਰਸ਼ਨ ਦਾ ਜਵਾਬ ਵੀ ਇਸ਼ਾਰੇ ਵਿੱਚ ਹੀ, ਬੋਲਣਾ ਨਹੀਂ ਮੂੰਹ। ਇੱਕ ਭਾਈ ਗੁਰਦਾਸ ਨੇ ਜ਼ਿਕਰ ਕੀਤਾ ਗੋਸ਼ਟ ਗਾਂਗਾ ਤੇਲੀ ਹੈ, ਗਾਂਗਾ ਤੇਲੀ ਸੀ ਅਤੇ ਪੰਡਿਤ ਬੜਾ ਵਿਦਵਾਨ ਸੀ। ਗਾਂਗਾ ਤੇਲੀ ਕਹਿੰਦਾ ਮੇਰੇ ਨਾਲ ਗੱਲ ਕਰਾਓ, ਔਰ ਪੰਡਿਤ ਨੇ ਇੱਕ ਉਂਗਲੀ ਖੜੀ ਕੀਤੀ, ਇਸ਼ਾਰਾ ਸੀ ਕਿ ਪਰਮਾਤਮਾ ਇੱਕ ਹੈ। ਗਾਂਗੇ ਤੇਲੀ ਨੇ ਸਮਝਿਆ ਵੀ ਇਹ ਕਹਿੰਦਾ ਮੈਂ ਤੇਰੀ ਇੱਕ ਅੱਖ ਕੱਢ ਦਿਆਂਗਾ। ਗਾਂਗੇ ਤੇਲੀ ਨੇ ਦੋ ਉਂਗਲਾਂ ਖੜੀਆਂ ਕੀਤੀਆਂ, ਉਹਦਾ ਮਤਲਬ ਸੀ ਕਿ ਮੈਂ ਤੇਰੀਆਂ ਦੋਵੇਂ ਅੱਖਾਂ ਕੱਢ ਦਿਆਂਗਾ। ਅਤੇ ਪੰਡਿਤ ਇਹ ਆਪਣੀ ਵਿੱਦਿਆ 'ਚ ਡੁੱਬਿਆ ਆਇਆ ਸੀ, ਉਹਨੇ ਸਮਝਿਆ ਵੀ ਗਾਂਗਾ ਤੇਲੀ ਕਹਿ ਰਿਹਾ ਪਰਮਾਤਮਾ ਦੇ ਦੋ ਸਰੂਪ ਹਨ, ਨਿਰਗੁਣ ਅਤੇ ਸਰਗੁਣ। ਫਿਰ ਉਸ ਨੇ 5 ਉਂਗਲਾਂ ਖੜੀਆਂ ਕੀਤੀਆਂ ਪੰਡਿਤ ਨੇ, 5 ਉਂਗਲਾਂ ਦਾ ਮਤਲਬ ਸੀ ਕਿ ਸ੍ਰਿਸ਼ਟੀ 5 ਤੱਤਾਂ ਤੋਂ ਬਣੀ ਆ। ਗਾਂਗੇ ਤੇਲੀ ਨੇ ਸਮਝਿਆ ਇਹ ਕਹਿੰਦਾ ਮੈਂ ਤੇਰੇ ਲਫੇੜਾ ਮਾਰਾਂਗਾ, ਚਪੇੜ ਮਾਰਾਂਗਾ। ਤਾਂ ਗਾਂਗੇ ਤੇਲੀ ਨੇ ਇਉਂ ਘਸੁੰਨ ਵੱਟ ਕੇ ਕਿਹਾ ਵੀ ਮੈਂ ਘਸੁੰਨ ਮਾਰ ਕੇ ਤੇਰੇ ਦੰਦ ਵੀ ਕੱਢ ਦਿਆਂਗਾ। ਪੰਡਿਤ ਨੇ ਸਮਝਿਆ ਇਹ ਕਹਿੰਦਾ ਵੀ 5 ਤੱਤ ਵੱਖਰੇ ਵੱਖਰੇ ਕੁਛ ਨਹੀਂ ਕਰ ਸਕਦੇ, 5 ਤੱਤਾਂ ਨੂੰ ਪਰਮਾਤਮਾ ਨੇ ਇਕੱਠਿਆਂ ਕੀਤਾ ਅਤੇ ਫਿਰ ਹੀ ਸ੍ਰਿਸ਼ਟੀ ਬਣੀ ਹੈ। ਇਸ ਤਰ੍ਹਾਂ ਚਰਚਾ ਇਸ਼ਾਰਿਆਂ ਨਾਲ ਕਰਦਿਆਂ ਪੰਡਿਤ ਹਾਰ ਗਿਆ,
ਅਤੇ ਗੰਗਾ ਤੇਲੀ ਜਿੱਤ ਗਿਆ। ਉਹ ਆਪਣੀ ਵਿੱਦਿਆ 'ਚ ਡੁੱਬਿਆ ਹੋਇਆ ਸੀ, ਗੰਗਾ ਤੇਲੀ ਹੋਰ ਕੁਝ ਸਮਝ ਰਿਹਾ ਸੀ। ਇਸ ਤਰ੍ਹਾਂ ਮਤਲਬ ਇਸ਼ਾਰੇ ਦੀ ਸਾਈਨ ਵਿੱਦਿਆ ਅਤੇ ਸਤਿਗੁਰੂ ਜੀ ਨੇ ਇਸ ਤਿੰਨ ਤਰ੍ਹਾਂ ਦੀ ਵਿੱਦਿਆ ਨੂੰ ਇੱਕੋ ਓਂਕਾਰ ਵਿੱਚ ਸਮਿਲਤ ਕੀਤਾ। ਇੱਕੋ ਇੱਕ ਪਰਮਾਤਮਾ ਹੈ, ਵਾਹਦ ਇੱਕ ਦਾ ਅਰਥ ਹੈ ਇੱਕੋ ਦਾ ਵਾਚਕ, ਜਿਹਦੇ ਵਰਗਾ ਹੋਰ ਦੂਜਾ ਕੋਈ ਹੈ ਹੀ ਨਹੀਂ, ਜਿਹੜਾ ਹਮੇਸ਼ਾ ਇੱਕ ਰਹੇਗਾ। ਓਅੰਕਾਰ ਸਭਨਾਂ ਦਾ ਪ੍ਰਕਾਸ਼ਕ ਹੈ, ਸਭ ਨੂੰ ਰਚਣ ਵਾਲਾ ਇੱਕ ਹੀ ਹੈ। ਤਾਣੇ ਪੇਟੇ ਵਾਂਗ ਸਮਾਇਆ ਹੋਇਆ ਵੀ ਇਸ ਸ੍ਰਿਸ਼ਟੀ ਵਿੱਚ, ਉਸੇ ਦਾ ਸਾਰਾ ਆਕਾਰ ਹੈ। ਸੱਤ ਨਾਮ, ਸੱਤ ਚੀਜ਼ ਉਹ ਹੁੰਦੀ ਹੈ ਜਿਸ ਦਾ ਕਦੇ ਨਾਸ ਨਾ ਹੋਵੇ। ਇਹਨੂੰ ਵਿਦਵਾਨਾਂ ਦੀ ਬੋਲੀ 'ਚ ਕਿਹਾ ਜਾਂਦਾ ਤ੍ਰੈਈ ਕਾਲ ਅਬਾਦ ਹਸਤੀ, ਤਿੰਨਾਂ ਸਮਿਆਂ 'ਚ ਬਾਅਦ ਨਾਸ ਕਰਨ ਤੋਂ ਰਹਿਤ ਹਸਤੀ, ਜਿਹਨੂੰ ਤਿੰਨਾਂ ਸਮਿਆਂ 'ਚ ਕਦੇ ਕੋਈ ਨਾਸ ਨਾ ਕਰ ਸਕੇ, ਨਾ ਪਹਿਲਾਂ ਨਾ ਹੁਣ ਨਾ ਅੱਗੇ ਨੂੰ। ਐਸਾ ਪਰਮਾਤਮਾ ਹੀ ਹੈ, ਹੋਰ ਦੂਜਾ ਤਾਂ ਕੋਈ ਸੱਤ ਹੈ ਨਹੀਂ, ਸਾਰਾ ਪ੍ਰਪੰਚ ਨਾਸਵੰਤ ਆ। ਇਸ ਕਰਕੇ ਪਰਮਾਤਮਾ ਦਾ ਸਭ ਤੋਂ ਪਹਿਲਾ ਨਾਮ ਵੀ ਇਹੋ ਰੱਖਿਆ ਗਿਆ, ਸੱਤ ਨਾਮ, ਵੀ ਉਹੀ ਇੱਕ ਸੱਤ ਹੈ ਅਤੇ ਉਸੇ ਦਾ ਨਾਮ ਹੀ ਸੱਤ ਹੈ। ਪਰਮਾਤਮਾ ਸੱਤ ਹੈ, ਨਾਸ ਤੋਂ ਰਹਿ ਤਾਂ ਉਹਦਾ ਨਾਮ ਵੀ ਸਦਾ ਰਹੇਗਾ, ਸਦਾ ਸਦਾ ਹੀ। ਅਤੇ ਦੂਸਰਾ ਨਾਮ ਦਾ ਅਰਥ ਕਰਦੇ ਨੇ ਨਾ ਆਮ, ਆਮ ਦਾ ਅਰਥ ਹੈ ਮੈਲ, ਪਰਮਾਤਮਾ ਦੇ ਸਰੂਪ 'ਚ ਮੈਲ ਨਹੀਂ। ਅਤੇ ਅਗਲਾ ਅਰਥ ਹੈ ਨਾਮ ਦਾ ਅਰਥ ਪ੍ਰਸਿੱਧ ਹੈ, ਪਰਮਾਤਮਾ ਸਾਰੇ ਉਜਾਗਰ ਹੈ, ਪ੍ਰਸਿੱਧ ਹੈ, ਪ੍ਰਗਟ ਹੈ। ਇਸ ਪ੍ਰਕਾਰ ਨਾ ਆਮ ਰੋਗ ਵੀ ਉਹਦੇ ਅੰਦਰ ਨਹੀਂ ਹਨ। ਐਸਾ ਜਿਹੜਾ ਵਾਹਿਗੁਰੂ ਹੈ ਸੱਚੇ ਨਾਮ ਵਾਲਾ, ਕਰਤਾ ਪੁਰਖ, ਕਰਤਾ ਇਕੱਲਾ ਨਹੀਂ ਲਿਖਿਆ ਹਜ਼ੂਰ ਨੇ, ਕਿਉਂਕਿ ਜੇ ਇਕੱਲਾ ਕਰਤਾ ਸ਼ਬਦ ਲਿਖਦੇ ਤਾਂ ਫਿਰ ਕਰਤੇ ਹੋਰ ਵੀ ਹੈ ਸਨ। ਜਿਵੇਂ ਕਿਸੇ ਨੇ ਕੰਧ ਬਣਾਈ ਹੈ ਨਾ, ਆ ਬੁਰਜੀ ਖੜ੍ਹੀ ਕੀਤੀ ਆ, ਇਸ ਬੁਰਜੀ ਨੂੰ ਖੜ੍ਹਾ ਕਰਨ ਵਾਲਾ ਮਿਸਤਰੀ ਇਹਦਾ ਕਰਤਾ ਹੈ, ਪਰ ਉਹ ਕਰਤਾ ਪੁਰਖ ਨਹੀਂ ਹੋ ਸਕਦਾ। ਕਰਤਾ ਹੈ, ਪਤਾ ਨਹੀਂ ਕਿੱਥੇ ਆ, ਇੱਥੇ ਨਹੀਂ ਹੈ, ਆਪਣੀ ਕਿਰਤ ਵਿੱਚ ਉਹ ਸਮਾਇਆ ਹੋਇਆ ਨਹੀਂ। ਕੋਈ ਚੀਜ਼ ਬਣਾ ਕੇ ਆਪ ਵੱਖਰਾ ਕਿਤੇ ਚਲਾ ਗਿਆ ਹੋ ਸਕਦਾ, ਇਸ ਦੁਨੀਆ 'ਚ ਹੋਵੇ ਨਾ। ਕਰਤਾ ਪੁਰਖ ਦਾ ਮਤਲਬ ਹੈ ਆਪਣੀ ਕਿਰਤ ਵਿੱਚ ਆਪ ਸਮਾਇਆ ਹੋਇਆ ਵੀ ਹੈ। ਇਹ ਭੁਲੇਖਾ ਕਈ ਵਾਰੀ ਲੋਕਾਂ ਨੂੰ ਲੱਗਦਾ ਹੈ, ਸਮਝਣ ਵਿੱਚ ਕਹੀ ਜਾਂਦੇ ਨੇ ਕੁਦਰਤ ਹੀ ਰੱਬ ਹੈ, ਨਹੀਂ ਕੁਦਰਤ ਰੱਬ ਨਹੀਂ ਹੈ, ਕਾਦਰ ਹੈ ਪਰਮਾਤਮਾ ਕੁਦਰਤ ਨੂੰ ਰਚਣ ਵਾਲਾ, ਪਰ ਕੁਦਰਤ ਵਿੱਚ ਸਮਾਇਆ ਹੋਇਆ। ਕੁਦਰਤ ਕਰਕੇ ਵਸਿਆ ਸੋਏ, ਹਜ਼ੂਰ ਨੇ ਕਿਹਾ ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ, ਦੂਜੀ ਹੈ ਕੁਦਰਤ, ਇੱਕ ਨਹੀਂ ਹੈ ਕੁਦਰਤ, ਇੱਕ ਕਾਦਰ ਹੈ, ਦੂਸਰੀ ਕੁਦਰਤ ਹੈ। ਜਿਸ ਆਸਣ ਲਾ ਕੇ ਬੈਠਾ ਹੋਇਆ ਅਤੇ ਬੜੇ ਚਾਅ ਨਾਲ ਵੇਖ ਰਿਹਾ ਆਪਣੀ ਕੁਦਰਤ ਨੂੰ, ਆਪਣੀ ਕਿਰਤ ਨੂੰ, ਪੁਰਖ ਦਾ ਅਰਥ ਹੈ ਪੂਰਨ, ਸਮਾਇਆ ਹੋਇਆ ਸਾਰੀ ਕਿਰਤ ਵਿੱਚ, ਔਰ ਅੰਦਰ ਭਾਉ। ਫਿਰ ਵੇਖੋ ਕਿੰਨਾ ਅੰਤਰ ਆ। ਹੁਣ ਜੇ ਕੋਈ ਕਵੇ, ਇੱਕ ਸੱਜਣ ਪ੍ਰਚਾਰਕ ਆਇਆ ਅਮਰੀਕਾ 'ਚ ਅਤੇ ਉਹ ਕਹਿਣ ਲੱਗਾ, ਸਟੇਜ 'ਤੇ ਬੋਲ ਰਿਹਾ ਸੀ, ਮੈਨੂੰ ਇਹ ਕਿਸੇ ਪ੍ਰੇਮੀ ਨੇ ਫੋਨ ਕੀਤਾ ਵੀ ਮੇਰਾ ਕੋਈ ਕਾਰਜ ਹੈ ਇਮੀਗ੍ਰੇਸ਼ਨ ਦਾ, ਤੁਸੀਂ ਅਰਦਾਸ ਕਰਿਓ। ਮੈਂ ਕਿਹਾ ਅਰਦਾਸ ਕਿਹਦੇ ਅੱਗੇ ਕਰਨੀ, ਤੂੰ ਆਪਣਾ ਆਪ ਹੀ ਵੇਖ ਸ਼ੀਸ਼ੇ 'ਚ ਖਲੋ ਕੇ ਆਪਣੇ ਆਪ ਨਾਲ ਗੱਲ ਕਰ, ਇਹੋ ਅਰਦਾਸ? ਨਹੀਂ, ਅਸੀਂ ਅੰਸ਼ ਪਰਮਾਤਮਾ ਦੀ ਹਾਂ ਜ਼ਰੂਰ, ਪਰ ਆਪੋ ਸੁਤੰਤਰ ਨਹੀਂ, ਸਰਬੱਗ ਨਹੀਂ, ਅਸੀਂ ਅਲਪੱਗ ਹਾਂ, ਸੁਤੰਤਰ ਨਹੀਂ, ਪਰਤੰਤਰ ਹਾਂ, ਅਧੀਨ ਹਾਂ ਵਾਹਿਗੁਰੂ ਦੇ। ਜਿਵੇਂ ਸਮੁੰਦਰ ਵਿੱਚੋਂ ਪਾਣੀ ਦੀਆਂ ਕੌਲੀਆਂ ਭਰ ਲਈਆਂ ਜਾਣ, ਸਮੁੰਦਰ ਨੂੰ ਕੋਈ ਫਰਕ ਨਹੀਂ, ਉਹ ਕੌਲੀਆਂ ਸਮੁੰਦਰ ਵਿੱਚ ਸੁੱਟ ਦਿੱਤੀਆਂ ਜਾਣ, ਪਾਣੀ ਡੋਲ ਦਿੱਤਾ ਜਾਏ ਤਾਂ ਫਿਰ ਸਮੁੰਦਰ ਰੂਪ ਆ, ਜਦੋਂ ਤੱਕ ਕੌਲੀ ਵੱਖ ਹੈ ਉਹਦੀ ਕੋਈ ਪਾਇਆ ਨਹੀਂ, ਕੋਈ ਹਸਤੀ ਨਹੀਂ ਕਿ ਉਹ ਕੁਛ ਕਰ ਸਕੇ, ਸਮੁੰਦਰ ਦੀ ਬਰਾਬਰਤਾ ਕਰ ਸਕੇ, ਨਹੀਂ। ਉਹਦਾ ਰਸਤਾ ਇਹੀ ਹੈ ਕਿ ਉਹ ਆਪਣੀ ਹੋਂਦ ਮਿਟਾਉਂਦਿਆਂ ਹੋਇਆਂ ਕੌਲੀ ਤੁਰ ਪਏ ਸਮੁੰਦਰ ਵੱਲ ਨੂੰ ਅਤੇ ਉਹਦੇ ਵਿੱਚ ਪੈ ਜਾਏ, ਆਪਣੀ ਹੋਂਦ ਖਤਮ ਕਰਤੀ, ਆਪਣਾ ਕੌਲੀਪੁਣਾ ਖਤਮ ਕਰਤਾ ਵੀ ਮੈਂ ਵੱਖਰੀ ਹਸਤੀ ਹਾਂ। ਜਦੋਂ ਆਪਣੀ ਹਸਤੀ ਮਿਟਾ ਦਿੱਤੀ ਫਿਰ ਸਮੁੰਦਰ ਰੂਪ ਆ। ਪਾਣੀ ਕੌਲੀ ਵਿੱਚ ਵੀ ਉਹੀ ਸੀ, ਸਮੁੰਦਰ ਵਿੱਚ ਵੀ ਉਹੀ ਸੀ। ਅਸੀਂ ਖੁਦ ਪਰਮਾਤਮਾ ਨਹੀਂ, ਕਿਉਂਕਿ ਇੱਥੇ ਲੱਛਣ ਦੱਸ ਰਹੇ ਨੇ ਗੁਰੂ ਨਾਨਕ ਸਾਹਿਬ ਕਿ ਪਰਮਾਤਮਾ ਨਿਰਭਉ ਹੈ ਅਤੇ ਕੁਦਰਤ ਵਿੱਚੋਂ ਜੀ ਲੱਭੋ ਖਾਂ ਭਲਾ ਨਿਰਭਉ ਕਿਹੜਾ, ਜਿਹਨੂੰ ਡਰ ਹੀ ਨਾ ਆਉਂਦਾ ਹੋਵੇ ਕਿਸੇ ਤਰ੍ਹਾਂ ਦਾ। ਹਜ਼ੂਰ ਨੇ ਬਚਨ ਕਰਤਾ ਭੈ ਵਿੱਚ ਸਭ ਆਕਾਰ ਹੈ, ਜਿੰਨਾ ਆਕਾਰ ਤੂੰ ਰਚਿਆ ਸਾਰਾ ਡਰ ਵਿੱਚ ਹੈ। ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਸਭ ਕੁਝ ਡਰ ਵਿੱਚ ਹੈ। ਸਗਲ ਸਮੱਗਰੀ ਡਰ ਹੈ ਵਿਆਪੀ, ਬਿਨ ਡਰ ਕਰਨ ਹਾਰਾ, ਕਰਨ ਹਾਰ ਪਰਮਾਤਮਾ ਹੀ ਡਰ ਤੋਂ ਰਹਿਤ ਹੈ।
ਉਸ ਨੂੰ ਜਪ ਜਪ ਕੇ ਨਿਰਭਉ ਜਪੈ ਸਗਲ ਭਉ ਮਿਟੈ, ਫਿਰ ਹੀ ਉਹਦਾ ਸਰੂਪ ਹੋਵਾਂਗੇ ਨਿਰਭਉ ਅਵਸਥਾ। ਉਹਨੂੰ ਜਪ ਕੇ ਆਪਣੀ ਹੋਂਦ ਮਿਟਾ ਕੇ ਫਿਰ ਕੋਈ ਨਿਰਭਉ ਹੋ ਜਾਏਗਾ, ਉਹ ਵਿਅਕਤੀ ਕੋਈ ਵਿਰਲਾ ਟਾਵਾਂ, ਬਾਕੀ ਤਾਂ ਡਰ ਵਿੱਚ ਹੀ ਨੇ। ਇਸ ਪ੍ਰਕਾਰ ਅਗਲਾ ਲੱਛਣ ਹੈ ਨਿਰਵੈਰ। ਕੁਦਰਤ ਵਿੱਚ ਨਿਰਵੈਰ ਜੀਵ ਲੱਭੋ, ਸਾਰੇ ਵੈਰ ਕਰ ਰਹੇ ਨੇ, ਪਸ਼ੂ ਪਸ਼ੂ ਨਾਲ ਵੈਰ ਕਰ ਰਿਹਾ, ਸਿੰਘ ਮਾਰਦੇ ਇੱਕ ਦੂਜੇ ਨੂੰ ਖੋਹਣਾ ਚਾਹੁੰਦੇ ਇੱਕ ਦੂਜੇ ਕੋਲੋਂ, ਮਨੁੱਖ ਮਨੁੱਖ ਨਾਲ ਵੈਰ ਕਮਾ ਰਿਹਾ, ਫਿਰ ਮਨੁੱਖ ਰੱਬ ਕਿਵੇਂ ਹੋਏ? ਪਰਮਾਤਮਾ ਤਾਂ ਨਿਰਭਉ ਸਰੂਪ ਹੈ, ਨਿਰਵੈਰ ਸਰੂਪ ਹੈ, ਇਹ ਲੱਛਣ ਜੀਆਂ 'ਚ ਹੈ ਨਹੀਂ। ਮਤਲਬ ਕੁਦਰਤ ਨਿਰਵੈਰ ਅਤੇ ਨਿਰਭਉ ਨਹੀਂ ਹੈ, ਕੁਦਰਤ ਪਰਮਾਤਮਾ ਨਹੀਂ ਹੈ, ਕਾਦਰ ਹੈ ਇਹਨੂੰ ਰਚਣ ਵਾਲਾ। ਅਕਾਲ ਮੂਰਤ, ਫਿਰ ਇਹ ਜਿਹੜੀ ਕੁਦਰਤ ਦਿਖਾਈ ਦਿੰਦੀ ਆ, ਕੀ ਇਹ ਅਕਾਲ ਮੂਰਤ ਹੈ? ਨਹੀਂ, ਕਾਲ ਦਾ ਇਹਦੇ 'ਤੇ ਪ੍ਰਭਾਵ ਹੈ। ਸਾਡਾ ਸਰੀਰ ਜਨਮਿਆ ਹੋਰ ਤਰ੍ਹਾਂ ਦਾ ਸੀ, ਥੋੜ੍ਹਾ ਜਿਹਾ ਹੋਰ ਵੱਡਾ ਹੋ ਗਿਆ, ਤੁਰਨ ਲੱਗ ਪਿਆ, ਹੋਰ ਵੱਡਾ ਹੋਇਆ, ਹੋਰ ਤਰ੍ਹਾਂ ਦਾ, ਹੋਰ ਵੱਡਾ ਹੋਇਆ, ਫਿਰ ਢਲਣ ਲੱਗ ਪਿਆ, ਬਿਰਧ ਹੋਇਆ ਅਤੇ ਫਿਰ ਸਮਾਪਤੀ, ਫਿਰ ਇਹ ਅਕਾਲ ਮੂਰਤ ਹੋਇਆ ਨਾ। ਅਕਾਲ ਮੂਰਤ ਚੀਜ਼ ਉਹ ਹੈ ਜਿਹਦੇ 'ਤੇ ਕਾਲ ਦਾ ਸਮੇਂ ਦਾ ਕੋਈ ਪ੍ਰਭਾਵ ਨਾ ਪਏ, ਇੱਕ ਰਸ ਰਹੇ ਸਦਾ ਹੀ। ਜਿਹੋ ਜਿਹਾ ਪਹਿਲਾਂ ਸੀ ਪਰਮਾਤਮਾ, ਅੱਜ ਵੀ ਉਸੇ ਤਰ੍ਹਾਂ ਦਾ ਹੀ, ਆਦਿ ਜੁਗਾਦੀ ਹੁੰਦਾ ਆਇਆ। ਇਸ ਕਰਕੇ ਕਿਹਾ ਅਕਾਲ ਮੂਰਤ, ਉਸ ਦੀ ਮੂਰਤ ਕਾਲ ਤੋਂ ਰਹਿਤ। ਮੂਰਤ ਦਾ ਅਰਥ ਹੈ ਵਜੂਦ, ਹਸਤੀ, ਸਰੂਪ, ਇਹ ਮੂਰਤ ਸ਼ਬਦ ਦੇ ਅਰਥ ਨੇ ਵਿਦਵਾਨਾਂ ਦੇ ਕੀਤੇ ਹੋਏ, ਅਤੇ ਸਹੀ ਹਨ ਬਿਲਕੁਲ। ਉਹਦਾ ਸਰੂਪ, ਉਹਦਾ ਵਜੂਦ, ਉਹਦੀ ਹਸਤੀ, ਉਹਦੀ ਮੂਰਤ ਕਾਲ ਤੋਂ ਸਮੇਂ ਤੋਂ ਰਹਿਤ ਹੈ। ਇਹ ਨਹੀਂ ਵੀ ਸਮੇਂ ਨਾਲ ਪ੍ਰਭਾਵ ਪਏ, ਤਬਦੀਲੀ ਆਏ ਜਾਂ ਖਾਤਮਾ ਹੋ ਜਾਏ, ਐਸਾ ਨਹੀਂ। ਅਜੂਨੀ, ਸਾਰੇ ਜੀਵ ਜੂਨਾਂ 'ਚ ਵੀ ਪੈਂਦੇ ਨੇ, ਪਰ ਪਰਮਾਤਮਾ ਅਜਨਮਾ ਸਰੂਪ ਹੈ, ਜੂਨਾਂ ਵਿੱਚ ਨਹੀਂ ਪੈਂਦਾ। ਸਹਿਬੰਗ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ। ਅਸੀਂ ਨਾ ਜਨਮ ਸਾਡੀ ਮਰਜ਼ੀ ਨਾਲ ਹੋਇਆ, ਸਾਡੀ ਹੋਂਦ ਅਸੀਂ ਆਪ ਥੋੜ੍ਹਾ ਬਣਾਈ ਹੈ, ਅਤੇ ਸਾਡੀ ਹੋਂਦ ਰਹੇਗੀ ਵੀ ਨਹੀਂ, ਇਹ ਜਿਹੜਾ ਸਰੂਪ ਦਿਸ ਰਿਹਾ ਤਾਂ ਰਹੇਗਾ ਨਹੀਂ। ਜਿਹੜੀ ਵਿੱਚ ਅੰਸ਼ ਹੈ ਚੇਤਨ ਸੱਤਾ, ਉਹ ਕਾਇਮ ਰਹਿੰਦੀ ਹੈ ਪਰਮਾਤਮਾ 'ਚ ਮਿਲ ਕੇ, ਪਰਮਾਤਮਾ ਰੂਪ ਹੈ, ਨਹੀਂ ਤਾਂ ਕੁਛ ਵੀ ਨਹੀਂ। ਵੱਖਰੀ ਹੋ ਕੇ ਤਾਂ ਦੁੱਖ ਝੱਲਦੀ ਹੈ ਸਰੀਰ ਧਾਰ ਧਾਰ ਕੇ। ਪਰਮਾਤਮਾ ਨੂੰ ਕਿਸੇ ਨੇ ਬਣਾਇਆ ਨਹੀਂ, ਅਸੀਂ ਬਣਾਏ ਹੋਏ ਹਾਂ। ਥਾਪਿਆ ਨਾ ਜਾਏ, ਪੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਗੁਰਪ੍ਰਸਾਦ, ਐਸੇ ਵਾਹਿਗੁਰੂ ਦਾ ਗਿਆਨ, ਉਸਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਜੀ? ਗੁਰਪ੍ਰਸਾਦ, ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ। ਵੈਸੇ ਗੁਰਪ੍ਰਸਾਦ ਦੇ ਹੋਰ ਵੀ ਅਰਥ ਵਿਦਵਾਨਾਂ ਨੇ ਕੀਤੇ ਨੇ। ਗੁਰਨਾਮ ਚੇਤਨ ਸਰੂਪ, ਗੁਰਨਾਮ ਵੱਡਾ, ਗੁਰਨਾਮ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਅਤੇ ਇਸੇ ਤਰ੍ਹਾਂ ਪ੍ਰਸਾਦ ਆਨੰਦ ਸਰੂਪ, ਉਸੇ ਦੀ ਪ੍ਰਸਾਦ ਕਿਰਪਾ ਸਾਡੇ 'ਤੇ ਹੈ ਜਿਸ ਕਰਕੇ ਅਸੀਂ ਜਿਉਂਦੇ ਜਾਗਦੇ, ਇਤਿਆਦਿਕ। ਪਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਐਸੇ ਸਰੂਪ ਦਾ ਗਿਆਨ ਪ੍ਰਾਪਤ ਹੁੰਦਾ ਜਿਹੜਾ ਪਿੱਛੇ ਕਥਨ ਕੀਤਾ। ਸੋ ਹਜ਼ੂਰ ਅੱਗੇ ਇਸ ਸੂਹੀ ਰਾਗ ਦੀ ਆਰੰਭਤਾ ਕਰਦੇ ਹੋਏ ਪਹਿਲਾ ਸ਼ਬਦ ਉਚਾਰਨ ਕਰ ਰਹੇ ਨੇ। ਸੂਹੀ ਰਾਗਣੀ ਹੈ, ਉੱਚੇ ਸੁਰ ਸੂਹੋ ਪੁੰਨ ਕੀਨੀ, ਮੇਘ ਰਾਗ ਸਿਉਂ ਪੰਚੋ ਚੀਨੀ। ਇਹਨੂੰ ਮੇਘ ਰਾਗ ਦੀ ਇੱਕ ਰਾਗਣੀ ਮੰਨਿਆ ਗਿਆ ਹੈ। ਰਾਗਮਾਲਾ ਵਿੱਚ ਬਚਨ ਹਨ, ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਇਹ ਸ਼ਬਦ ਹੈ। ਚੌ ਪਦੇ, ਸ਼ਬਦ ਇੱਕ ਪਦਾ, ਦੋ ਪਦੇ, ਤੇ ਪਦੇ, ਚੌ ਪਦੇ, ਪੰਚ ਪਦੇ, ਇਹਨਾਂ ਤੋਂ ਅੱਗੇ ਹੁੰਦੇ ਨੇ ਸ਼ੰਤ, ਸ਼ੰਤਾਂ ਤੋਂ ਅੱਗੇ ਹੁੰਦੀ ਹੈ ਅਸ਼ਟਪਦੀ। ਇਉਂ ਸ਼ਬਦਾਂ ਦੇ ਆਕਾਰ ਅਨੁਸਾਰ ਇਹ ਨਾਮ ਰੱਖੇ ਹੋਏ ਨੇ। ਇਸ ਸ਼ਬਦ ਦੇ ਚਾਰ ਚਰਨ ਹਨ, ਚਾਰ ਪਦੇ ਹਨ। ਘਰ ਪਹਿਲਾ, ਪਹਿਲੇ ਘਰ ਸੁਰਤਾਲ ਅੰਦਰ, ਯਾਨੀ ਕਿ ਇਸ ਸੂਹੀ ਰਾਗ ਦਾ ਜਿਹੜਾ ਪਹਿਲਾ ਸੁਰਤਾਲ ਹੈ ਉਹਦੇ ਵਿੱਚ ਇਹ ਸ਼ਬਦ ਗਾਇਨ ਕਰਨਾ ਹੈ। ਹਜ਼ੂਰ ਕਹਿੰਦੇ ਨੇ, ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਉਹ ਦੁੱਧ ਹੈ ਕਹੋ ਜਾਓ। ਜਦੋਂ ਦੁੱਧ ਲੈਣ ਜਾਣਾ ਹੋਵੇ, ਦੁੱਧ ਚੋਣ ਜਾਣਾ ਹੋਵੇ, ਅਤੇ ਜਿਸ ਭਾਂਡੇ 'ਚ ਚੋ ਕੇ ਲਿਆਉਣਾ ਜਾਂ ਪੁਆ ਕੇ ਲਿਆਉਣਾ ਦੋਧੀ ਕੋਲੋਂ, ਉਸ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ, ਧੁੱਪ ਲਵਾਈ ਜਾਂਦੀ ਆ, ਉਹਦੇ 'ਚ ਧੂਪ ਦਿੱਤੀ ਜਾਂਦੀ ਹੈ ਕਿ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅੰਸ਼ ਨਾ ਰਹਿ ਜੇ, ਬਦਬੋ ਨਾ ਰਹਿ ਜੇ, ਕੋਈ ਲੱਸੀ ਦੀ ਛਿੱਟ ਨਾ ਰਹਿ ਜੇ, ਨਹੀਂ ਤਾਂ ਦੁੱਧ ਫਟ ਜਾਏਗਾ, ਫਿੱਟ ਜਾਏਗਾ, ਖਰਾਬ ਹੋ ਜਾਏਗਾ। ਇਸ ਕਰਕੇ ਦੁੱਧ ਵਿੱਚ ਪਾਉਣਾ ਅਤੇ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਪੈਂਦਾ। ਇਸੇ ਤਰ੍ਹਾਂ ਇਹ ਹਿਰਦਾ ਰੂਪੀ ਭਾਂਡਾ, ਇਹਦੇ ਵਿੱਚ ਗਿਆਨ ਅੰਮ੍ਰਿਤ ਪ੍ਰਗਟ ਕਰਨਾ ਅਤੇ ਇਸ ਨੂੰ ਸਾਫ਼ ਕਰਨਾ ਪਏਗਾ। ਗੁਰੂ ਕੇ ਪਿਆਰਿਓ, ਕੋਈ ਰਾਜਾ ਸੀ,
ਅਤੇ ਉਸਨੇ ਕਿਸੇ ਮਹਾਂਪੁਰਸ਼ ਨੂੰ ਕਿਹਾ ਵੀ ਹੋਰਨਾਂ ਨੂੰ ਉਪਦੇਸ਼ ਦਿੰਦੇ ਹੋ ਜੀ, ਸਾਡੇ ਨਾਲ ਕਿਉਂ ਵੈਰ? ਜੇ ਅਸੀਂ ਰਾਜੇ ਬਣ ਗਏ, ਰਾਜਿਆਂ ਘਰ ਜਨਮ ਹੋ ਗਿਆ, ਤਾਂ ਸਾਨੂੰ ਵੀ ਉਪਦੇਸ਼ ਦੇ ਹੀ ਸਕਦੇ ਹੋ ਤੁਸੀਂ? ਤਾਂ ਉਸ ਵੇਲੇ ਉਹ ਮਹਾਤਮਾ ਕਹਿਣ ਲੱਗੇ ਵੀ ਉਪਦੇਸ਼ ਤਾਂ ਰਾਜਾ ਦਈਏ, ਪਰ ਸਾਡਾ ਨਿਯਮ ਹੈ ਇਕਾਂਤ ਵਿੱਚ ਅਸੀਂ ਉਪਦੇਸ਼ ਦਿੰਦੇ ਹਾਂ। ਇੰਝ ਕਰ, ਸ਼ਹਿਰ ਦੇ ਬਾਹਰ ਬਾਹਰ ਇੱਕ ਮਕਾਨ ਬਣਾ ਇਕਾਂਤ ਵਿੱਚ, ਉੱਥੇ ਆ ਕੇ ਤੈਨੂੰ ਇਕੱਲਿਆਂ ਨੂੰ ਉਪਦੇਸ਼ ਦਿਆਂਗੇ। ਉਹਨੇ ਮੰਦਰ ਬਣਾ ਤਾ, ਸੰਤ ਜੀ ਨੂੰ ਸੱਦਿਆ ਅਤੇ ਆਏ ਚਾਰ ਚੁਫੇਰੇ ਘੁੰਮੇ, ਵੇਖ ਕੇ ਕਹਿਣ ਲੱਗੇ ਰਾਜਾ ਇਹਦੇ ਵਿੱਚ ਇੰਨੇ ਥੰਮ ਬਣਾ ਦੇ ਵੀ ਵਿੱਚ ਬੰਦਾ ਨਾ ਕੋਈ ਵੜ ਸਕੇ। ਰਾਜੇ ਨੇ ਹੁਕਮ ਦੀ ਤਮੀਲ ਕੀਤੀ, ਛੇਤੀ ਛੇਤੀ ਥੰਮ ਬਣਾ ਤਾ, ਫਿਰ ਸੱਦਿਆ, ਫਿਰ ਘੁੰਮ ਫਿਰ ਕੇ ਵੇਖਿਆ, ਕਹਿਣ ਲੱਗੇ ਰਾਜਾ ਉਪਦੇਸ਼ ਇਸ ਮੰਦਰ ਵਿੱਚ ਵੜ ਕੇ ਦੇਣਾ ਸੀ, ਇਹਦੇ ਵਿੱਚ ਤਾਂ ਵਿੱਚ ਲੰਘਣ ਨੂੰ ਥਾਂ ਹੀ ਹੈ ਨਹੀਂ, ਸਾਰਾ ਥੰਮਿਆਂ ਨਾਲ ਹੀ ਭਰਿਆ ਪਿਆ। ਅਤੇ ਉਹ ਕਹਿਣ ਲੱਗਾ ਜੀ ਤੁਸੀਂ ਆਪ ਹੀ ਕਿਹਾ ਸੀ ਵੀ ਇੰਨੇ ਥੰਮ ਬਣਾ ਦੇ ਵਿੱਚ ਬੰਦਾ ਨਾ ਵੜ ਸਕੇ, ਅਤੇ ਮੈਂ ਤਾਂ ਹੁਕਮ ਮੰਨਿਆ। ਸੰਤ ਜੀ ਕਹਿਣ ਲੱਗੇ ਬਸ ਇਹੀ ਉਪਦੇਸ਼ ਹੈ ਰਾਜਾ, ਜਿੱਥੇ ਉਪਦੇਸ਼ ਠਹਿਰਨਾ ਹੈ ਉੱਥੇ ਹੋਰ ਬੜਾ ਕੁਝ ਤੂੰ ਵਸਾਇਆ ਹੋਇਆ, ਤੇਰੇ ਹਿਰਦੇ ਦੇ ਅੰਦਰ ਸਾਡਾ ਉਪਦੇਸ਼ ਟਿਕੇਗਾ ਨਹੀਂ। ਪਹਿਲਾਂ ਉਹ ਜਿਹੜੀਆਂ ਮੰਦ ਵਾਸ਼ਨਾਵਾਂ ਹਨ ਤੇਰੇ ਅੰਦਰ ਪ੍ਰਬਲ, ਉਹਨਾਂ ਵੱਲੋਂ ਮੂੰਹ ਮੋੜਨ। ਹੁਣ ਸਾਡੇ ਅੰਦਰ ਰਸਾਂ ਕਸਾਂ ਦੀ, ਵਿਕਾਰਾਂ ਦੀ, ਪਦਾਰਥਾਂ ਦੀ ਤੀਬਰ ਪ੍ਰਬਲ ਇੱਛਾ ਹੈ। ਅਸੀਂ ਕਿਤੇ ਚਾਹੁੰਦੇ ਹਾਂ, ਕਿਤੇ ਸਾਡਾ ਮਨ ਮੰਨਦਾ ਵੀ ਹਿਰਦੇ 'ਚ ਨਾਮ ਵਸੇ, ਹੋਰ ਚੀਜ਼ਾਂ ਇੱਥੋਂ ਨਿਕਲ ਜਾਣ। ਨਹੀਂ, ਅਸੀਂ ਸਿਰਫ ਪਦਾਰਥਾਂ ਦੀ ਭੁੱਖ ਅੰਦਰ ਹੋਣ ਕਰਕੇ, ਸੁੱਖਾਂ ਦੀ ਇੱਛਾ ਹੋਣ ਕਰਕੇ ਕੁਛ ਨਾ ਕੁਛ ਮੰਗਣ ਵਾਸਤੇ ਆਉਂਦੇ ਧਾਰਮਿਕ ਸਥਾਨਾਂ 'ਤੇ, ਜੋ ਕੁਛ ਵੀ ਕਰਦੇ ਹਾਂ ਸਰੀਰਕ ਸੁੱਖਾਂ ਲਈ ਕਰਦੇ ਹਾਂ। ਵੱਧ ਤੋਂ ਵੱਧ ਪ੍ਰਲੋਕ ਦਾ ਥੋੜ੍ਹਾ ਜਿਹਾ ਡਰ ਆ ਵੀ ਉੱਥੇ ਜਮਾਂ ਦੇ ਵਸ ਨਾ ਪਈਏ, ਉਹ ਵੀ ਵਿਰਲਿਆਂ ਟਾਹਮਿਆਂ ਹੁੰਦਾ। ਇਸ ਕਰਕੇ ਜਿੱਥੇ ਨਾਮ ਠਹਿਰਨਾ ਹੈ ਉੱਥੇ ਹੋਰ ਬੜਾ ਕੁਝ ਵਸਿਆ ਆ। ਰਸ ਸੋਇਨਾ, ਰਸ ਰੁੱਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਛੇਜਾ ਮੰਦਰ, ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਜਾਂ ਸਰੀਰ ਵਿੱਚ ਇਹ ਰਸ ਵਿਛਾ ਛੱਡੀਏ ਅਤੇ ਕਹਿ ਜਾਂ ਫਿਰ ਨਾਮ ਦਾ ਨਿਵਾਸ, ਦੋਵਾਂ 'ਚੋਂ ਇੱਕ ਗੱਲ ਹੋਵੇਗੀ। ਜੇ ਰਸਾਂ ਕਸਾਂ ਵੱਲੋਂ ਮੂੰਹ ਮੋੜਾਂਗੇ ਤਾਂ ਤਾਂ ਹੀ ਕੁਛ ਗੱਲ ਬਣੇਗੀ। ਹਜ਼ੂਰ ਨੇ ਕਿਹਾ ਰਾਰਾ ਰਸ ਨਿਰਸ ਕਰ ਜਾਂਦੇ ਹਾਂ, ਉਹ ਜਿਹੜਾ ਰਸ ਹੈ ਨਾ ਦੁਨੀਆ ਵੱਲੋਂ ਮਨ ਨੂੰ ਨਿਰਸ ਕੀਤਾ ਤਾਂ ਉਹ ਰਸ ਜਾਣੇ। ਰਾਰਾ ਰਸ ਨਿਰਸ ਕਰ ਜਾਂਦੇ ਹਾਂ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਪਹਿਲਾਂ ਤਾਂ ਆਪਣੇ ਆਪ ਨੂੰ ਕੰਟਰੋਲ 'ਚ ਕਰਨਾ ਹੀ ਪਏਗਾ, ਆਪਣੇ ਆਪ ਨੂੰ ਕਿਸੇ ਸੰਜਮ ਵਿੱਚ ਲਿਆਉਣਾ ਪਏਗਾ। ਭਾਂਡਾ ਸਾਫ਼ ਇੰਝ ਹੁੰਦਾ, ਭਾਂਡੇ ਵਿੱਚ ਹੋਰ ਬਹੁਤ ਕੁਝ ਵਸਾਇਆ ਹੋਇਆ ਅਤੇ ਫਿਰ ਦੁੱਧ ਨਹੀਂ ਇੱਥੇ ਪੈ ਸਕਦਾ। ਨਿਸ਼ਕਾਮ ਕਰਮਾਂ ਦਾ ਦੁੱਧ ਪਾਉਣਾ ਇਹਦੇ ਵਿੱਚ, ਇਹਨੂੰ ਪਹਿਲਾਂ ਕੁਝ ਤਿਆਰ ਕਰਨਾ ਪਏਗਾ। ਸੇਵਾ ਨਿਤਨੇਮ ਔਰ ਮਰਿਆਦਾ ਗੁਰੂ ਦੀ, ਜੇ ਕਹੀਏ ਕੋਈ ਵੀ ਬੰਦਾ ਲਓ ਜੀ ਇਹ ਐਵੇਂ ਔਖਾ ਜਿਹਾ ਕੰਮ, ਕਛਹਿਰਾ ਪਾਉਣਾ, ਕੇਸ ਦਾੜਾ ਨਹੀਂ ਕਟਾਉਣਾ, ਰੋਜ਼ ਇਸ਼ਨਾਨ ਕਰਨਾ, ਪੰਜ ਕਕਾਰ ਪਾ ਕੇ ਲੁੱਕ ਰੱਖੋ, ਸ਼ਰਾਬ ਵੀ ਨਹੀਂ ਪੀ ਸਕਦੇ ਜੀ, ਫਲਾਣ ਢੀਂਗ, ਅਤੇ ਉਂਝ ਹੀ ਗੱਲੀ ਬਾਤੀ ਬ੍ਰਹਮ ਗਿਆਨੀ ਬਣ ਪੈਂਦੇ। ਅਸੀਂ ਸਾਡਾ ਮਨ ਬੜਾ ਸਾਫ਼ ਹੈ ਜੀ, ਸਾਡਾ ਮਨ ਬੜਾ ਸਾਫ਼। ਇੱਥੇ ਤੁਹਾਡੇ ਸ਼ਹਿਰ ਇੱਕ ਵਾਰੀ ਇੱਕ ਬੀਬੀ ਬੋਲੀ ਜਾਏ ਨੈੱਟ 'ਤੇ, ਅਖੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਅਤੇ ਉਦੋਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਸੀ ਨਾ, ਉਦੋਂ ਲੋਕਾਂ ਦੇ ਮਨ ਬੜੇ ਮੈਲੇ ਸੀ, ਹੁਣ ਸਾਡੇ ਮਨ ਹੀ ਸਾਫ਼ ਆ, ਹੁਣ ਅੰਮ੍ਰਿਤ ਛਕਣ ਦੀ ਕੀ ਲੋੜ ਆ? ਆਪੇ ਸਰਟੀਫਿਕੇਟ ਦੇ ਲਿਆ ਆਪਣੇ ਮਨ ਨੂੰ ਵੀ ਮੇਰਾ ਮਨ ਬੜਾ ਸਾਫ਼ ਆ, ਹੁਣ ਕੀ ਲੋੜ ਆ ਅੰਮ੍ਰਿਤ ਛਕਣ ਦੀ? ਇਉਂ ਆਪਣੀ ਮਰਜ਼ੀ ਕਰਨੀ, ਮਨ ਦੇ ਪਿੱਛੇ ਲੱਗੇ ਹੋਣਾ ਅਤੇ ਲਿਫਾਫੇ ਛੱਡੀ ਜਾਣੇ ਗੱਲੀ ਬਾਤੀਂ ਵੀ ਅਸੀਂ ਬੜੇ ਮਹਾਨ, ਅਸੀਂ ਬੜੇ ਮਹਾਨ, ਸਾਡਾ ਮਨ ਬੜਾ ਸਾਫ਼। ਕਿੱਥੋਂ ਲਿਆ ਸਰਟੀਫਿਕੇਟ ਸਾਫ਼ ਮਨ ਹੋਣ ਦਾ? ਕਬੀਰ ਜੀ ਇੱਕ ਨਿਸ਼ਾਨੀ ਦੱਸਦੇ ਆ ਨਿਰਮਲ ਮਨ ਦੀ, ਕਹਿੰਦੇ ਜਦੋਂ ਤੇਰਾ ਮਨ ਸਾਫ਼ ਹੋ ਗਿਆ ਪਰਮਾਤਮਾ ਤੇਰੇ ਮਗਰ ਮਗਰ ਭੱਜਾ ਫਿਰੇਗਾ, ਆਵਾਜ਼ਾਂ ਮਾਰਦਾ ਫਿਰੇਗਾ, ਆ ਕਬੀਰ ਮੇਰੀ ਛਾਤੀ ਨਾਲ ਲੱਗ, ਤੂੰ ਮਨ ਸਾਫ਼ ਕਰ ਲਿਆ। ਮਨ ਐਡੀ ਛੇਤੀ ਸਾਫ਼ ਨਹੀਂ ਹੁੰਦਾ, ਮਨ ਦੀ ਤਾਂ ਇੱਕ ਇੱਕ ਆਦਤ ਬਦਲਾਉਂਦਿਆਂ ਪੂਰਾ ਪੂਰਾ ਜਨਮ ਵੀ ਲੱਗ ਸਕਦਾ। ਮਨ ਦਾ ਇੱਕ ਬੁਰਾ ਸੁਭਾਅ ਤਬਦੀਲ ਕਰਦਿਆਂ ਕਈ ਕਈ ਵਰ੍ਹੇ ਲੱਗ ਜਾਂਦੇ ਨੇ। ਯੂਨਾਨ ਦੇਸ਼ ਦਾ ਇੱਕ ਸੰਤ ਹੋਇਆ, ਉਹਨੇ ਆਪਣੀ ਬਾਇਓਗ੍ਰਾਫੀ 'ਚ ਲਿਖਿਆ ਕਿ ਮਨ ਦੇ ਅੰਦਰ ਜਿਹੜੀ ਆਪਣੀ ਵਡਿਆਈ, ਆਪਣਾ ਜਸ, ਆਪਣੀ ਸਿਫਤ ਕਰਨ ਕਰਾਉਣ ਦੀ ਲਾਲਸਾ ਹੈ, ਜਦੋਂ ਇਹ ਔਗਣ ਮੇਰੇ ਸਾਹਮਣੇ ਆਇਆ ਅਤੇ ਇੱਧਰੋਂ ਮਨ ਜਿੱਤਦਿਆਂ ਮੈਨੂੰ 7 ਸਾਲ ਲੱਗੇ।
ਆਪਣੇ ਮਨ ਦੇ ਵਿੱਚੋਂ ਇਹ ਵਾਸ਼ਨਾ ਕੱਢਣ ਲਈ ਵੀ ਕਾਹਦੀ ਵਡਿਆਈ ਕਰਾਉਣੀ ਚਾਹੁੰਦਾ, ਓਏ ਤੂੰ ਤਾਂ ਮਿੱਟੀ ਆ, ਤੂੰ ਸਵਾਸ ਤੇਰੇ ਵਿੱਚੋਂ ਨਿਕਲ ਗਿਆ, ਥੰਮੀ ਡਿੱਗ ਪਈ ਸਵਾਸਾਂ ਦੀ ਅਤੇ ਖਾਕ 'ਚ ਮਿਲ ਜਾਏਗਾ ਹੁਣੇ ਹੀ, ਤੇਰੀ ਪਾਇਆ ਕੀ ਆ ਅਤੇ ਤੂੰ ਇਹ ਸਰੀਰ ਦੀ ਵਡਿਆਈ ਚਾਹੁੰਦਾ ਹੈ ਨਾ। ਅਸੀਂ ਇਹਦੇ 'ਚ ਰਚੇ ਹੋਏ ਇਹਨੂੰ ਪੋਚਣ ਪਾਚਣ ਸਾਰਨ ਸ਼ਿੰਗਾਰ ਲਾਉਣ ਵਿੱਚ, ਸੋ ਛੱਡਦੇ ਨਹੀਂ ਅਸੀਂ ਇਸ ਗੱਲ ਨੂੰ ਵੀ ਬੱਲੇ ਬੱਲੇ ਨਹੀਂ ਜੀ ਨਹੀਂ, ਹਾਰ ਸ਼ਿੰਗਾਰ ਤਾਂ ਜ਼ਰੂਰ ਹੀ ਲਾਉਣਾ। ਸੋ ਕਬੀਰ ਜੀ ਕਹਿੰਦੇ ਨੇ, ਕਬੀਰ ਕੰਚਨ ਕੇ ਕੁੰਡਲ ਬਣੇ, ਉੱਪਰ ਲਾਲ ਜੜਾਓ, ਦੀਸਹਿ ਦਾਧੇ ਕਾਨ ਜਿਉਂ ਜਿਨ ਮਨ ਨਾ ਹੀ ਨਾਓ। ਕਦੇ ਖਿਆਲ ਕੀਤਾ ਵੀ ਮੇਰੇ ਮਨ 'ਚ ਰੱਬ ਦਾ ਨਾਮ ਨਹੀਂ ਵੱਸਦਾ? ਜਿੱਥੇ ਰੱਬ ਦਾ ਨਾਮ ਨਹੀਂ ਵੱਸਿਆ, ਉਹ ਜਿੰਨਾ ਮਰਜ਼ੀ ਹਾਰ ਸ਼ਿੰਗਾਰ ਲਾਏ ਹੋਏ ਨੇ, ਸੋਨੇ ਦੇ ਕੁੰਡਲ ਪਾਏ, ਵਿੱਚ ਹੀਰੇ ਲਾਲ ਜੜੇ ਹੋਏ ਨੇ, ਹਜ਼ੂਰ ਕਬੀਰ ਜੀ ਕਹਿ ਰਹੇ ਨੇ ਵੀ ਮੇਰੀ ਦ੍ਰਿਸ਼ਟੀ ਵਿੱਚ ਉਹ ਲੋਕ ਇੰਜ ਨੇ ਜਿਵੇਂ ਸੜਿਆ ਹੋਇਆ ਕਾਨਾ ਧੁੱਪ ਵਿੱਚ ਲਿਸ਼ਕਦਾ, ਉਹਦੇ ਵਿੱਚ ਕੱਖ ਨਹੀਂ, ਭੰਗਾਰ ਭਰੀ ਹੋਈ ਆ, ਬਾਹਰੋਂ ਚਮਕ ਦਿਸਦੀ ਆ, ਜਿਹੜਾ ਸੜਿਆ ਕਾਨਾ ਧੁੱਪ ਵਿੱਚ ਉਹ ਵੀ ਬੜਾ ਲਿਸ਼ਕਦਾ। ਇਸ ਪ੍ਰਕਾਰ ਅੰਦਰ ਬੜਾ ਕੁਝ ਵੱਸਿਆ ਹੋਇਆ, ਅਤੇ ਹਜ਼ੂਰ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਪਹਿਲਾਂ ਭਾਂਡਾ ਧੋਣਾ ਪੈਣਾ, ਬਹਿ ਕੇ ਧੂਪ ਦੇਣੀ, ਭਾਵ ਇਹਨੂੰ ਸਵਾਰਨਾ ਜਿੰਨਾ ਵੱਧ ਤੋਂ ਵੱਧ ਸ਼ਿੰਗਾਰਿਆ ਜਾਏ। ਜਿਵੇਂ ਭਾਈ ਜੋਗਾ ਸਿੰਘ ਭਾਂਡੇ ਮਾਂਜਦਾ ਸੀ, ਗੁਰੂ ਕਲਗੀਧਰ ਕਹਿੰਦੇ ਇਹ ਕਿਉਂ ਇੰਝ ਮਾਂਜ ਰਿਹਾ, ਛੱਡ ਹੁਣ ਭਾਂਡਾ ਮਾਂਜਿਆ। ਕਹਿਣ ਲੱਗਾ ਜੀ ਮੈਂ ਸੁਣਿਆ ਗੁਰਸਿੱਖਾਂ ਕੋਲੋਂ ਵੀ ਜਿੰਨੀ ਸ਼ਰਧਾ ਨਾਲ ਭਾਂਡੇ ਮਾਂਜੀਏ ਉਨਾ ਛੇਤੀ ਮਨ ਲਿਸ਼ਕਦਾ ਸਾਫ਼ ਹੁੰਦਾ, ਤਾਂ ਮਹਾਰਾਜ ਮਾਂਜ ਰਿਹਾ ਭਾਂਡੇ ਮਾਂਜ ਰਿਹਾ ਤਾਂ ਕਿ ਮਨ ਲਿਸ਼ਕ ਜਾਏ, ਸਾਫ਼ ਹੋ ਜਾਏ, ਇਹਦੇ 'ਚੋਂ ਮੈਲ ਨਿਕਲ ਜਾਏ। ਇਸ ਤਰ੍ਹਾਂ ਕੁਛ ਕਰਨਾ ਪਏਗਾ ਨਾ, ਆਪਣੇ ਮਨ ਨੂੰ ਸਾਫ਼ ਕਰਨ ਵਾਸਤੇ, ਸ਼ੁੱਧ ਕਰਨ ਲਈ ਪਹਿਲਾਂ ਕਮਾਈ ਕਰਨੀ ਪੈਂਦੀ। ਬਿਨਾਂ ਕਮਾਈ ਤੋਂ ਡੀਂਗਾ ਮਾਰ ਰਹੀਆਂ, ਮਨ ਸਾਫ਼ ਹੈ ਕਿੱਥੇ ਸਾਫ਼ ਹੈ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਉਹ ਸਾਫ਼ ਮਨ ਦੀ ਨਿਸ਼ਾਨੀ ਕਿ ਉੱਥੇ ਨਾਮ ਹੀ ਨਾਮ ਹੈ, ਪਰਮਾਤਮਾ ਦਾ ਪ੍ਰੇਮ ਹੀ ਪ੍ਰੇਮ ਹੈ, ਸਿਮਰਨ ਹੀ ਸਿਮਰਨ ਹੈ, ਗਿਆਨ ਹੀ ਗਿਆਨ ਹੈ, ਆਨੰਦ ਹੀ ਆਨੰਦ ਹੈ, ਉੱਥੇ ਹੋਰ ਕੋਈ ਚੀਜ਼ ਨਹੀਂ ਹੁੰਦੀ ਜੇ ਮਨ ਸਾਫ਼ ਵੇਖਣਾ ਹੋਏ ਤਾਂ। ਸੋ ਇਸ ਪ੍ਰਕਾਰ ਫਿਰ ਤਉ ਦੁੱਧ ਹੈ ਕਉ ਜਾਉ, ਗਿਆਨ ਰੂਪੀ ਦੁੱਧ ਦੀ ਪ੍ਰਾਪਤੀ ਵਾਸਤੇ ਪਰਮਾਰਥ ਦੇ ਰਾਹ 'ਤੇ ਫਿਰ ਤੁਰਿਆ ਜਾਏਗਾ ਅੱਗੇ ਨੂੰ। ਦੂਧ ਕਰਮ ਫੁਨ ਸੁਰਤ ਸਮਾਇਣ, ਪਰਮਾਤਮਾ ਦੀ ਬਖਸ਼ਿਸ਼ ਕਹਿ ਲਓ ਕਰਮ ਦਾ ਅਰਥ, ਜਾਂ ਨਿਸ਼ਕਾਮ ਕਰਮ ਕਹਿ ਲਓ, ਇਹ ਦੁੱਧ ਹੈ। ਅਤੇ ਜਿਹੜੀ ਸੁਰਤ ਜੋੜਨੀ ਹੈ ਨਾ ਵਾਹਿਗੁਰੂ ਦੇ ਨਾਲ, ਇਹ ਸਮਾਇਣ ਜਾਗ ਲਾਉਣੀ ਹੈ। ਹੋਏ ਨਿਰਾਸ ਜਮਾਵੋ, ਇਹ ਦੁੱਧ ਦਹੀਂ ਫਿਰ ਤਾਂ ਬਣ ਕੇ ਜੰਮਣਾ ਜੇ ਦੁਨੀਆਂ ਦੀਆਂ ਆਸਾਂ ਤੋਂ ਰਹਿਤ ਹੋਵੋਗੇ ਤਾਂ। ਨਿਰਆਸ ਆਸ਼ਾਵਾਂ ਤੋਂ ਇਸ਼ਾਵਾਂ ਤੋਂ ਰਹਿਤ ਹੋਵੋਗੇ ਤਾਂ ਦਹੀਂ ਜੰਮੇਗਾ ਜਿੱਥੋਂ ਮੱਖਣ ਘਿਓ ਪੈਦਾ ਹੋਣਾ। ਜਪੋ ਤਾਂ ਇੱਕੋ ਨਾਮ ਨਾਲ, ਹਜ਼ੂਰ ਸਿੱਖਿਆ ਦੇ ਰਹੇ ਨੇ ਵੀ ਹੋਰ ਨਾਮ ਜਪਣੇ, ਹੋਰਨਾਂ ਦਾ ਖਿਆਲ ਕਰਨਾ, ਉੱਧਰ ਚਲੇ ਜਾਈਏ, ਸੰਪੈ ਕੋ ਈਸਰ ਧਿਆਈਏ, ਸ਼ਿਵ ਦਾ ਆਰਾਧਨ ਕਰੀਏ, ਮਾਇਆ ਮਿਲੇਗੀ, ਫਲਾਣੇ ਨੂੰ ਮੱਥਾ ਟੇਕੂਗੀ ਉੱਥੋਂ ਆਹ ਮਿਲੇਗਾ, ਫਲਾਣੀ ਕਬਰ 'ਤੇ ਜਾ ਮੱਥਾ ਰਗੜੋ। ਹਜ਼ੂਰ ਕਹਿ ਰਹੇ ਨੇ ਜਿਹੜਾ ਧਰਮ ਦਾ ਕਰਮ ਹੈ ਨਾ ਪਰਮਾਰਥ ਦਾ ਸਿੱਖਾ, ਤੈਨੂੰ ਇੱਥੋਂ ਸ਼ੁਰੂ ਕਰਾਇਆ। ਤਿੰਨ ਚੀਜ਼ਾਂ ਨੇ ਕਰਮ, ਉਪਾਸ਼ਨਾ ਅਤੇ ਗਿਆਨ ਸਨਾਤਨ ਮਤ ਵਿੱਚ। ਪਹਿਲਾਂ ਕਰਮ ਕਾਂਡ ਹੈ, ਫਿਰ ਉਪਾਸ਼ਨਾ ਚਲੇ ਜਾਣਾ ਪੂਜਾ 'ਚ, ਪਰਮਾਤਮਾ ਦੀ ਉਪਾਸ਼ਨਾ ਸਾਡੇ 'ਤੇ ਵਾਸਤੇ ਨਾਮ ਜਪਣਾ, ਫਿਰ ਗਿਆਨ ਦੀ ਪ੍ਰਾਪਤੀ ਹੈ। ਇਸਲਾਮ ਵਾਲਿਆਂ ਚਾਰ ਮੰਨੀਆਂ ਨੇ, ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ। ਸੋ ਗੱਲ ਉੱਥੇ ਹੀ ਨਿਬੜਦੀ ਹੈ ਜਾ ਕੇ। ਇਸੇ ਪ੍ਰਕਾਰ ਹਜ਼ੂਰ ਨੇ ਸਾਨੂੰ ਪੰਜ ਖੰਡ ਦੱਸੇ ਹਨ ਬਾਣੀ ਜਪਜੀ ਸਾਹਿਬ 'ਚ। ਇਉਂ ਧਰਮ ਦੇ ਰਾਹ 'ਤੇ ਚੱਲਦਿਆਂ ਧਰਮ ਖੰਡ, ਗਿਆਨ ਖੰਡ, ਕਰਮ ਖੰਡ ਅਤੇ ਸ਼ਰਮ ਖੰਡ, ਸੱਚ ਖੰਡ ਇਤਿਆਦਿਕ, ਇੰਝ ਹਜ਼ੂਰ ਨੇ ਦੱਸਿਆ। ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ, ਜਪੋ ਤਾਂ ਇੱਕੋ ਨਾਮਾ। ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੀ ਜਪੋ। ਇੱਕੋ ਜਪ ਇੱਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ। ਹਿਰਦੇ 'ਚ ਵੱਸਣਾ ਤਾਂ ਹੈ, ਪਹਿਲਾਂ ਜ਼ਬਾਨ 'ਤੇ ਰੱਬ ਦਾ ਨਾਮ ਰੱਖ ਕੇ ਤਰੱਦਦ ਕਰਨਾ ਪਏਗਾ। ਤਰੱਦਦ ਇਹ ਸਾਡੀ ਕਮਾਈ ਹੈ, ਤਰੱਦਦ ਕਰ ਇਸ਼ਨਾਨ ਸਿਮਰ ਪ੍ਰਭ, ਆਪਣਾ ਮਨ ਕਰਕੇ ਸਿਮਰਨ ਕਰਨਾ, ਰਸਨਾ ਨਾਲ ਜਪਣਾ। ਰਸਨਾ ਨਾਲ ਤਾਂ ਜਪਣਾ ਤਾਂ ਕਿ ਇਹ ਅੰਦਰ ਵੱਸ ਜਾਏ, ਜਿਵੇਂ ਭੋਜਨ ਖਾਈਦਾ ਅਤੇ ਭੋਜਨ ਅੰਦਰ ਜਾ ਕੇ ਪਚਦਾ, ਉਹਦਾ ਰਸ ਹੀ ਰਹਿੰਦਾ, ਬਾਕੀ ਫੋਕਟ ਨਿਕਲ ਜਾਂਦਾ ਮਲ ਦੁਆਰ ਰਾਹੀਂ। ਉਹਦਾ ਜਿਹੜਾ ਰਸ ਆ, ਭੋਜਨ ਦੀ ਸ਼ਕਤੀ ਤਾਕਤ, ਉਹ ਪੀਲਾ ਜਿਹਾ ਪਾਣੀ ਬਣ ਕੇ, ਫਿਰ ਲਾਲ ਰੰਗ ਦਾ ਖੂਨ ਬਣ ਕੇ ਸਰੀਰ ਦੀਆਂ ਸਭ ਧਮਣੀਆਂ 'ਚ ਪਸਰ ਜਾਂਦਾ, ਸਾਨੂੰ ਤਾਕਤ ਦਿੰਦਾ। ਇਸੇ ਤਰ੍ਹਾਂ ਬੈਖਰੀ ਬਾਣੀ ਰਾਹੀਂ ਉੱਚੀ ਬੋਲ ਕੇ ਭਜਨ ਕਰਨਾ, ਨਾਮ ਜਪਣਾ, ਇਹ ਇਸ ਵਾਸਤੇ ਆ, ਨਾਲ ਮਨ ਸੁਣੇ, ਪਰ ਵਿਖਾਵਾ ਨਹੀਂ, ਜਪਦਿਆਂ ਹੋਇਆਂ ਮਨ ਸੁਣੇ। ਅਤੇ ਇਸ ਤਰ੍ਹਾਂ ਬੈਖਰੀ ਬਾਣੀ ਰਾਹੀਂ ਫਿਰ ਇਹ ਮੱਧਮਾਂ ਵਿੱਚ ਜਾਏਗਾ।
ਗਲੇ ਵਿੱਚ ਜਾਪ ਹੋਣ ਲੱਗੇਗਾ, ਦੂਜਿਆਂ ਨੂੰ ਪਤਾ ਨਹੀਂ ਲੱਗੇਗਾ, ਥੋੜ੍ਹੀ ਥੋੜ੍ਹੀ ਜ਼ਬਾਨ ਹਿਲਦੀ ਆ। ਮਧਮਾ ਤੋਂ ਅੱਗੇ ਪਸੰਤੀ ਬਾਣੀ ਦਾ ਜਾਪ ਮੰਨਿਆ ਹੈ, ਦਿਲ ਵਾਲੇ ਥਾਂ ਯਾਦ ਵਸ ਜਾਣੀ ਨਾਮ ਦੀ, ਹਰ ਨਾਮ ਚੇਤਾ ਅਵਰ ਨਾ ਪੂਜਾ। ਇਸ ਤਰ੍ਹਾਂ ਚੇਤਾ ਅਤੇ ਫਿਰ ਇਹ ਸਵਾਸਾਂ 'ਚ ਰਲ ਜਾਂਦਾ, ਪਰਾ ਬਾਣੀ ਜਿੱਥੋਂ ਸਵਾਸ ਚੱਲਦੇ ਨੇ ਧੁਨੀ 'ਚੋਂ, ਇਸ ਤਰ੍ਹਾਂ ਸਾਰੇ ਸਰੀਰ 'ਚ ਜਿਵੇਂ ਸਵਾਸ ਅਸਰ ਦਿੰਦੇ ਨੇ, ਇਉਂ ਨਾਮ ਸਾਰੇ ਸਰੀਰ 'ਚ ਸਵਾਸਾਂ 'ਚ ਰਲਿਆ ਰਹਿਣਾ। ਅਤੇ ਉੱਥੋਂ ਫਿਰ ਅੱਗੇ ਗੁਰਮੁਖ ਰੋਮ ਰੋਮ ਹਰ ਧਿਆਵਾ, ਇਹ ਵੀ ਅਵਸਥਾ ਆਉਂਦੀ ਹੈ ਗੁਰਮੁਖ ਜਨਾਂ ਦੀ, ਜਿੰਨੇ ਸਰੀਰ ਦੇ ਰੋਮ ਨੇ ਮਨ ਉਹ ਜ਼ਬਾਨਾਂ ਹੀ ਬਣ ਜਾਂਦਾ, ਸਾਰਾ ਸਰੀਰ ਹੀ ਨਾਮ ਰੂਪ ਹੋ ਜਾਂਦਾ। ਜਦੋਂ ਮਨ ਨਾਮ ਰੂਪ ਹੋ ਗਿਆ ਤਾਂ ਸਰੀਰ ਵੀ ਨਾਮ ਰੂਪ ਹੋ ਗਿਆ। ਉੱਥੇ ਫਿਰ ਅਜੱਪਾ ਜਾਪ ਨਾ ਵਿਸਰਾ ਆਦਿ ਜੁਗਾਦ ਸਮਾਏ, ਇਹ ਅਵਸਥਾ ਤਾਂ ਹੀ ਬਣੇਗੀ ਜੇ ਪਹਿਲਾਂ ਜ਼ਬਾਨ 'ਤੇ ਰੱਬ ਦਾ ਨਾਮ ਰੱਖ ਕੇ ਤਰੱਦਦ ਕਰਾਂਗੇ, ਮਿਹਨਤ ਕਰਾਂਗੇ, ਤਾਂ ਅੰਦਰਲਾ ਨਾਮ ਅੰਮ੍ਰਿਤ ਗਿਆਨ ਪ੍ਰਗਟ ਹੋਵੇਗਾ। ਅਜੇ ਮਿਲਾਪ ਨਹੀਂ, ਸਾਡਾ ਸੰਬੰਧ ਟੁੱਟਾ ਹੋਇਆ, ਜਿਵੇਂ ਕਿਸੇ ਨਲਕੇ ਨੇ ਕਿਸੇ ਟਿਊਬਵੈੱਲ ਨੇ ਪਾਣੀ ਛੱਡਿਆ ਹੋਇਆ ਅਤੇ ਨਹੀਂ ਨਿਕਲਦਾ, ਉੱਪਰੋਂ ਪਾਣੀ ਪਾਈਏ, ਦੋਵੇਂ ਪਾਣੀ ਆਪਸ ਵਿੱਚ ਰਲ ਜਾਣ ਅਤੇ ਫਿਰ ਗੇੜਾ ਦਈਏ ਅਤੇ ਲਗਾਤਾਰ ਚੱਲਦਾ। ਇਸ ਪ੍ਰਕਾਰ ਦੀ ਇਹ ਵਿਚਾਰ ਸਿਆਣੇ ਦਾਨਿਆਂ ਨੇ ਦੱਸੀ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਸੀਂ ਸਿੱਖਾਂ ਤੇਰਾ ਕਰਮ ਕਾਂਡ ਇੱਥੋਂ ਸ਼ੁਰੂ ਕਰਾਇਆ, ਜ਼ਬਾਨ ਤੋਂ ਪਰਮਾਤਮਾ ਦਾ ਨਾਮ ਜਪ, ਜਪੋ ਤਾਂ ਇੱਕੋ ਨਾਮਾ, ਇੱਕੋ ਜਪ ਇੱਕੋ ਸਲਾਹੇ, ਇੱਕ ਸਿਮਰ ਇੱਕੋ ਮਨ ਆਹੇ, ਇੱਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਇੱਕ ਦੇ ਉਪਾਸ਼ਕ ਬਣਾਇਆ। ਅਵਰ ਨਰਾਫਲ ਕਾਮਾਂ, ਹੋਰ ਜਿਹੜੇ ਕਾਰੋਬਾਰ ਕੰਮ ਹਨ ਤੂੰ ਧਰਮ ਦੇ ਸਮਝਦਾ, ਕਈ ਫੋਕਟ ਕਰਮ ਨੇ। ਕਰਮ ਧਰਮ ਪਾਖੰਡ ਜੋ ਦੀਸਹਿ, ਤਿੰਨ ਜਮ ਜਾ ਗਾਤੀ ਲੂਟਾ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ, ਸਭ ਕਰਮ ਫੋਕਟ ਜਾਂ ਸਭ ਧਰਮ ਨੇਫਲ ਮਾਨ, ਬਿਨ ਏਕ ਨਾਮ ਆਧਾਰ ਸਭ ਕਰਮ ਪਰਮ ਵਿਚਾਰ। ਰਹਾਓ ਇਹ ਮਨ ਈਟੀ ਹਾਥ ਕਰੋ, ਜਿਹੜਾ ਨੇਤਰਾ ਹੁੰਦਾ ਦੁੱਧ ਰੜਕਣ ਵੇਲੇ ਉਹਨੂੰ ਇੱਟੀਆਂ ਪਾਈਆਂ ਹੁੰਦੀਆਂ ਗੁੱਲੀਆਂ ਜੀਆਂ, ਇਹ ਜਿਹੜਾ ਮਨ ਹੈ ਇਹਨੂੰ ਸੂਤਰ ਕਰਨਾ, ਕਾਬੂ 'ਚ ਲਿਆਉਣਾ, ਇਹੀ ਇੱਟੀਆਂ ਫੜਨੀਆਂ ਹਨ। ਨੇਤਰੋ ਨੀਂਦ ਨਾ ਆਵੈ, ਨੇਤਰਾ ਕਿਹੜਾ ਪਾਉਣਾ ਜਿਹੜਾ ਮਨ ਦੇ ਤਾਈਂ ਮਾਇਆ ਦੇ ਮੋਹ ਦੀ ਨੀਂਦ ਨਾ ਆ ਜਾਏ, ਮਾਇਆ 'ਚ ਗਲਤਾਨ ਨਾ ਹੋ ਜਾਏ, ਮੋਹ 'ਚ ਸੌਂ ਨਾ ਜਾਏ, ਇਹ ਨੇਤਰਾ ਪਾਉਣਾ। ਰਸਨਾ ਨਾਮ ਜਪੋ ਤਬ ਮੱਥੀ ਹੈ, ਜਿਵੇਂ ਮੱਥਣਾ ਰਿੜਕਣਾ, ਰਸਨਾ ਨਾਲ ਨਾਮ ਜਪਦੇ ਰਹੋ ਤਾਂ ਜਿਹੜਾ ਮਨ ਹੈ ਮੱਥਿਆ ਜਾਏਗਾ, ਰਿੜਕਣਾ ਪਏਗਾ। ਇਨ ਬਿਧ ਅੰਮ੍ਰਿਤ ਪਾਵੋ, ਅੰਮ੍ਰਿਤ ਦਾ ਅਰਥ ਇੱਥੇ ਮੱਖਣ ਆ, ਜਿਵੇਂ ਜਿਵੇਂ ਮੱਖਣ ਪ੍ਰਾਪਤ ਹੁੰਦਾ ਹੈ ਰਿੜਕਣ ਤੋਂ ਬਾਅਦ, ਇਸੇ ਤਰ੍ਹਾਂ ਗਿਆਨ ਰੂਪੀ ਮੱਖਣ ਪ੍ਰਾਪਤ ਹੋਵੇਗਾ। ਨਾਮ ਦਾ ਬੀਜ ਬੀਜਿਆ ਜਾਏ, ਸ਼ਰਧਾ ਦੀ ਜੜ ਲੱਗੇ, ਪ੍ਰੇਮ ਦੇ ਅੰਕੂਰ ਫੁੱਟਣ, ਔਰ ਸਤ ਸੰਤੋਖ ਦੇ ਪੱਤਰੇ, ਅਤੇ ਇਸੇ ਤਰ੍ਹਾਂ ਕਰੁਣਾ ਮੁਦਤਾ ਮੈਤਰੀ ਉਪੇਖਿਆ ਟਾਹਣੀਆਂ, ਫਿਰ ਫੁੱਲ ਧਰਮ ਦਾ ਅਤੇ ਫਿਰ ਗਿਆਨ ਦਾ ਫਲ ਲੱਗਦਾ। ਇਸੇ ਤਰ੍ਹਾਂ ਇਹ ਮਾਰਗ ਦੱਸਿਆ ਹਜ਼ੂਰ ਨੇ ਕਿ ਰਸਨਾ ਨਾਲ ਜਪਦਿਆਂ ਜਪਦਿਆਂ ਪਹਿਲਾਂ ਮਨ ਮੱਥਿਆ ਜਾਏ ਅਤੇ ਰਿੜਕ ਕੇ ਵਿੱਚੋਂ ਲੱਸੀ ਬਾਹਰ ਕੱਢੀ ਜਾਂਦੀ ਹੈ ਨਾ। ਇਸ ਪ੍ਰਕਾਰ ਜਿਹੜੀ ਵਿਸ਼ੇ ਵਿਕਾਰਾਂ ਦੀ ਪਿਆਸ ਇੱਛਾ ਹੈ ਉਹ ਮੱਥ ਕੇ ਬਾਹਰ ਕੱਢੀ ਜਾਏ, ਅਤੇ ਇੰਜ ਅੰਮ੍ਰਿਤ ਪਰਮੇਸ਼ੁਰ ਦੇ ਨਾਮ ਦਾ ਅੰਮ੍ਰਿਤ ਜਿਹੜਾ ਗੁਪਤ ਹੋ ਰਿਹਾ ਹੈ, ਹਉਂ ਬਲਿਹਾਰੀ ਸਤਿਗੁਰੇ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ, ਉਸ ਅੰਮ੍ਰਿਤ ਦੀ ਪ੍ਰਾਪਤੀ ਕਰੋਗੇ। ਮਨ ਸੰਪਟ ਜਿਤ ਸਤ ਸਰ ਨਹਾਵਣ, ਪੰਡਤਾਂ ਨੇ ਪੂਜਾ ਦੀ ਸਮੱਗਰੀ ਡੱਬੇ 'ਚ ਰੱਖੀ ਹੁੰਦੀ ਹੈ, ਔਰ ਇਸ ਪ੍ਰਕਾਰ ਹਜ਼ੂਰ ਕਹਿੰਦੇ ਮਨ ਹੀ ਸੰਪਟ ਬਣਾਉਣਾ, ਅਤੇ ਤੀਰਥ ਦੇ ਸਥਾਨ 'ਤੇ ਜਾ ਕੇ ਲੋਕ ਨਹਾਉਂਦੇ ਹਨ ਫਿਰ ਪੂਜਾ ਕਰਦੇ ਨੇ, ਤਾਂ ਹਜ਼ੂਰ ਕਹਿੰਦੇ ਨੇ ਸਤ ਸਰ ਸਤ ਸੰਗਤ ਰੂਪੀ ਸਰੋਵਰ ਵਿੱਚ ਮਨ ਨੂੰ ਨਹਾਉਣਾ, ਇਹ ਇਸ਼ਨਾਨ ਭਾਵਨ ਪਾਤੀ ਤ੍ਰਿਪਤ ਕਰੇ। ਅਤੇ ਇਸ ਪ੍ਰਕਾਰ ਜਿਹੜਾ ਪੱਤਲਾਂ 'ਤੇ ਭੋਜਨ ਪਾ ਕੇ ਜਾਂ ਜਿਹੜੇ ਫੁੱਲਾਂ ਦੀਆਂ ਪੱਤੀਆਂ ਉਹ ਭੇਟਾ ਕਰਦੇ ਨੇ ਪੂਜਾ ਕਰਨ ਵੇਲੇ, ਇਸ ਪ੍ਰਕਾਰ ਜਿਹੜੀ ਭਾਵਨਾ ਹੈ ਅੰਦਰ ਭਾਵਨਾ, ਇਹ ਪਾਤੀ ਹੈ, ਅਤੇ ਮਨ ਨੂੰ ਇਸ ਤਰ੍ਹਾਂ ਤ੍ਰਿਪਤ ਕਰਨਾ ਤ੍ਰਿਪਤ ਪਦਾਰਥਾਂ ਵੱਲੋਂ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਪੂਜਾ ਕਿਹੜੀ ਕਰਨੀ ਹੈ, ਪ੍ਰਾਣ ਭੇਟਾ ਕਰਨੇ, ਪ੍ਰਾਣ ਭਾਵ ਸਵਾਸਾਂ ਨਾਲ ਪਰਮਾਤਮਾ ਨੂੰ ਜਪਣਾ ਹੈ। ਜੇ ਸੇਵਕ ਬਣ ਕੇ ਇੰਜ ਕੋਈ ਸੇਵੇ, ਭਗਤੀ ਕਰੇ, ਸਿਮਰਨ ਕਰੇ ਵਾਹਿਗੁਰੂ ਦਾ, ਇਨਮਿਦ ਸਾਹਿਬ ਰਵਤ ਰਹਿ, ਇਹਨਾਂ ਵਿਧੀਆਂ ਨਾਲ ਇਸ ਤਰੀਕਿਆਂ ਦੇ ਨਾਲ ਸਾਹਿਬ ਪਰਮਾਤਮਾ ਦਾ ਨਾਮ ਉਚਾਰਨ ਹੁੰਦਾ ਰਹਿੰਦਾ, ਰਵਤ ਰਵੈ ਅਭੇਦ ਹੋਇਆ ਰਹਿੰਦਾ, ਜੀਵ ਪਰਮਾਤਮਾ ਨਾਲ ਜੁੜਿਆ ਰਹਿੰਦਾ। ਕਹਿੰਦੇ ਕਹਿ ਕਹੇ ਕਹਿ ਜਾਵੈ, ਹੋਰ ਕਥਨੀ ਕਰਨ ਵਾਲੇ ਬੜੇ ਪਿੱਛੇ ਕਹਿੰਦੇ ਰਹੇ, ਹੁਣ ਵੀ ਕਹਿੰਦੇ ਹਨ, ਕਹਿ ਕਹਿ ਕੇ ਇਸ ਦੁਨੀਆਂ ਤੋਂ ਤੁਰਦੇ ਜਾ ਰਹੇ ਹਨ, ਪਰ ਤੇਰਾ ਅੰਤ ਨਹੀਂ ਪਾਇਆ ਜਾਂਦਾ।
ਪਰਮਾਤਮਾ ਬਾਰੇ ਵੀ ਕਥਨ ਕਰਨ ਵਾਲੇ, ਹੋਰ ਗਿਆਨ ਧਿਆਨ ਧਰਮ ਕਥਨ ਕਰਨ ਵਾਲੇ, ਹੋਰ ਹੋਰ ਵਖਿਆਨ ਕਰਨ ਵਾਲੇ ਜਾ ਰਹੇ ਨੇ। ਤੁਮ ਸਾਰੇ ਅਵਰ ਨਾ ਕੋਈ, ਹੈ ਵਾਹਿਗੁਰੂ ਤੇਰੇ ਸਦਰਸ਼ ਭਾਵ, ਤੇਰੇ ਸਿਮਰਨ ਦੇ ਬਰਾਬਰ ਹੋਰ ਕੋਈ ਕਰਮ ਨਹੀਂ ਪੁੱਜ ਸਕਦਾ। ਭਗਤ ਹੀਣ ਨਾਨਕ ਜਨ ਜੰਪੈ ਹਉ ਸਦਾ ਹੀ ਸੱਚਾ ਸੋਈ। ਮੈਂ ਤੇਰਾ ਜਨ ਹਾਂ, ਹਾਂ ਤਾਂ ਭਗਤੀ ਤੋਂ ਹੀਣਾ, ਭਗਤੀ ਤੋਂ ਸੱਖਣਾ, ਪਰ ਫਿਰ ਵੀ ਸੱਚੇ ਪਾਤਸ਼ਾਹ ਤੇਰੀ ਕਿਰਪਾ ਨਾਲ ਤੇਰਾ ਮੈਂ ਨਾਮ ਤਾਂ ਜਪਦਾ ਹਾਂ। ਕੇਵਲ ਸਲਾਹੁਣ ਯੋਗ ਤੂੰ ਹੀ ਹੈ, ਮੈਂ ਤਿਸ ਸੱਚੇ ਸਰੂਪ ਨੂੰ ਹੀ ਹਮੇਸ਼ਾ ਵਾਸਤੇ ਸਲਾਹੁਣਾ, ਤੇਰੇ ਸੱਚੇ ਸਰੂਪ ਨੂੰ। ਉਹ ਹੀ ਉਹ ਪਹਿਲਾਂ ਤੋਂ ਹੀ, ਹੁਣ ਵੀ, ਆਉਣ ਵਾਲੇ ਸਮੇਂ 'ਚ ਵੀ ਉਹੀ ਹੋਏਗਾ। ਉਸ ਤੇਰੇ ਸਰੂਪ ਨੂੰ, ਸੱਚੇ ਨੂੰ ਮੈਂ ਸਲਾਹੁੰਦਾ ਹਾਂ, ਹਾਂ ਭਗਤੀ ਤੋਂ ਸੱਖਣਾ। ਜਿਵੇਂ ਕਿਹਾ ਨਾਨਕ, ਬਗੋਏਦ ਜਨ ਤੁਰਾ ਤੇਰੇ ਚਾਕਰਾਂ ਪਾਖਾ। ਤੇਰੇ ਚਾਕਰਾਂ ਭਗਤਾਂ ਦੇ ਪੈਰਾਂ ਦੀ ਖਾਕ ਵਰਗਾ, ਮੈਂ ਵੀ ਤੇਰਾ ਇੱਕ ਜਨ ਹਾਂ। ਇਉਂ ਸਤਿਗੁਰੂ ਮਹਾਰਾਜ ਨੇ ਨਿਮਰਤਾ ਦੀ ਸਿਖਰ ਵੀ ਦਰਸਾ ਦਿੱਤੀ ਹੈ ਕਿ ਇਉਂ ਨਿਉਂ ਕੇ ਚੱਲੋਗੇ ਤਾਂ ਇੱਥੇ ਕੁਝ ਟਿਕੇਗਾ, ਜਿਵੇਂ ਪਾਣੀ ਨਿਵਾਣਾ 'ਚ ਜਾ ਕੇ ਠਹਿਰਦਾ, ਟਿੱਬਿਆਂ 'ਤੇ ਪਾਣੀ ਨਹੀਂ ਠਹਿਰਦਾ। ਇਸ ਤਰ੍ਹਾਂ ਅਤਿਅੰਤ ਨਿਮਰਤਾ, ਗਰੀਬੀ ਧਾਰਨ ਕਰੋ ਅਤੇ ਜਪੋ ਪਰਮਾਤਮਾ ਦਾ ਨਾਮ। ਇੱਛਾ ਰੱਖੋ ਕਿ ਹਿਰਦੇ 'ਚ ਨਾਮ ਵੱਸ ਜਾਏ। ਇਹ ਪਰਮਾਰਥ ਦਾ ਮਾਰਗ ਗੁਰੂ ਨਾਨਕ ਸਾਹਿਬ ਜੀ ਨੇ ਦਰਸਾਇਆ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।